ਪਾਰਟੀ ਸਿੰਘਾਂ ਕੋਲ ਪਾਠ ਕਰਦੇ ਹਾਂ, ਨਗਰ ਵਾਸੀਆਂ ਕੋਲ ਹਾਜ਼ਰੀ ਕਰਦੇ ਹਾਂ, ਘਰ ਵਾਲਿਆਂ ਕੋਲ ਸੇਵਾ ਕਰਦੇ ਹਾਂ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ ਕਰਨੀ, ਅੱਗੇ ਤੋਂ ਸ਼ੁੱਧ ਸਪਸ਼ਟ ਪਾਠ ਕਰਨ ਦਾ, ਸੇਵਾ ਕਰਨ ਦਾ, ਹਾਜ਼ਰੀ ਭਰਨ ਦਾ ਬਲ ਬੁੱਧ ਸਮਤ ਬਖਸ਼ਿਸ਼ ਕਰਨੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੂਰ ਨੇੜੇ ਸਿੱਖ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਤਿੰਨਾਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਬੰਧ ਕਰਨੀਆਂ, ਆਈਆਂ ਭਿਟਾਵਾਂ ਦਾ ਮਨਜ਼ੂਰ ਕਰਨੀਆਂ, ਕਦਮ ਕਦਮ ਲੇਖੇ ਵਜਾਉਣਾ, ਆਉਣ ਵਾਲਾ ਸਮਾਂ ਸੁੱਖ ਸ਼ਾਂਤੀ ਦਾ ਬਖਸ਼ਿਸ਼ ਕਰਨਾ, ਅੰਮ੍ਰਿਤ ਵੇਲੇ ਜਾਗਣਾ, ਨਾਮ ਕਰਨ ਵਾਲੇ ਘਰ ਬਖਸ਼ਿਸ਼ ਕਰਨਾ, ਹੁਣ ਆਪ ਜੀ ਦੇ ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰਨੀ, ਸਹੀ ਪਿਆਰੇ ਵੇਲੋ ਜਿਹਨਾਂ ਮੇਰਾ ਨਾਮ ਚ ਆਵੇ, ਨਾਨਕ ਨਾਮ ਚੜ੍ਹਦੀ ਕਲਾ ਆਉਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਰਾ ਗਿਆ ਭਈ ਅਕਾਲ ਕੀ ਤਵੇ ਚਲਾਇ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਝ ਹੈ ਕੋ ਸ਼ਬਦ ਮਾਨੇ, ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਕੋਈ, ਪਾਰ ਹੋਏ ਸਭ ਮਿਲੇ ਦੇ ਬਚੇ ਸ਼ਰਨ ਜੋ, ਪਾਰ ਹੋਏ ਸਭ ਮਿਲੇ ਦੇ ਬਚੇ ਸ਼ਰਨ ਜੋ, ਬੋਲੇ ਸਰਦਾਰ ਪ੍ਰੀਤਮ ਸਿੰਘ, ਮਨਦੀਪ ਸਿੰਘ ਜੀ 1000 ਰੁਪਈਆ, ਸਰਦਾਰ
ਮਨਜਿੰਦਰ ਸਿੰਘ ਜੀ, ਵਪਾਰੀ ਮਿੰਦੀ ਵਪਾਰੀ 200 ਰੁਪਈਆ, ਸਰਦਾਰ ਓਂਕਾਰ ਸਿੰਘ ਜੀ 200 ਰੁਪਈਆ, ਸਰਦਾਰ ਮਾਨ ਸਿੰਘ ਜੀ ਸਾਬਕਾ ਸਰਪੰਚ 500 ਰੁਪਈਆ, ਸਰਦਾਰ ਬਰਜਿੰਦਰ ਸਿੰਘ ਜੀ 200 ਰੁਪਈਆ, ਸਰਦਾਰ ਬਰਵਿੰਦਰ ਸਿੰਘ ਜੀ 200 ਰੁਪਈਆ, ਸੁੰਦਰ ਲਾਲ ਚੱਕੀਵਾਲ 100 ਰੁਪਈਆ, ਗੁਰਦਾਨ 500 ਰੁਪਈਆ, ਭੁਪਿੰਦਰ ਸਿੰਘ ਜੀ 1000 ਰੁਪਈਆ, ਸੁਲੱਖਣ ਸਿੰਘ ਜੀ 200 ਰੁਪਈਆ, ਸਰ ਅਮਰਜੀਤ ਸਿੰਘ ਜੀ, ਸਾਨੂੰ ਪਟੈਲ ਸਿੰਘ ਜੀ 500 ਰੁਪਈਆ, ਸਰਦਾਰ ਨਿਰਮਲ ਸਿੰਘ ਜੀ ਸੰਧਾ 500 ਰੁਪਈਆ, ਸਰਦਾਰ ਬਲਕਾਰ ਸਿੰਘ ਜੀ 500 ਰੁਪਈਆ, ਸਰਦਾਰ ਰਣਜੀਤ ਸਿੰਘ ਜੀ ਡੇਰੇ ਵਾਲੇ 500 ਰੁਪਈਆ, ਸਰਦਾਰ ਸੁਖਵਿੰਦਰ ਸਿੰਘ ਜੀ 200 ਰੁਪਈਆ, ਸਰਦਾਰ ਕਿਸ਼ਨ ਕੁਮਾਰ 200 ਰੁਪਈਆ, ਸਰਦਾਰ ਬਰਵਿੰਦਰ ਸਿੰਘ ਜੀ ਭੋਗੀ 500 ਰੁਪਈਆ, ਸਰਦਾਰ ਭਜਨ ਸਿੰਘ ਜੀ 200 ਰੁਪਈਆ, ਮਾਨ ਸਿੰਘ ਜੀ 200 ਰੁਪਈਆ, ਸਰਦਾਰ ਬਰਵੀਰ ਸਿੰਘ ਜੀ ਚੱਕੀ ਵਾਲੇ 100 ਰੁਪਈਆ, ਸਰਦਾਰ ਸੁਖਵਿੰਦਰ ਸਿੰਘ ਜੀ 100 ਰੁਪਈਆ, ਸਰਦਾਰ ਰਣਜੀਤ ਸਿੰਘ ਜੀ ਸੰਧਾ 500 ਰੁਪਈਆ, ਸਰਦਾਰ ਰੁਪਿੰਦਰ ਸਿੰਘ ਸੰਧਾ 500 ਰੁਪਈਆ, ਅਤੇ ਦੀਪ ਸਿੰਘ ਸਾਨੂੰ ਸੁਖਵੀਰ ਸਿੰਘ 100 ਰੁਪਈਆ, ਸਰਦਾਰ ਕੁਲਵੰਤ ਰਾਏ 500 ਰੁਪਈਆ, ਸਰਦਾਰ ਰਣਜੀਤ ਰਾਏ 500 ਰੁਪਈਆ, ਸਰਦਾਰ ਹਰਜਿੰਦਰ ਸਿੰਘ ਜੀ 500 ਰੁਪਈਆ, ਸਰਦਾਰ ਗੁਰਦੀਪ ਸਿੰਘ ਜੀ ਸਾਨੂੰ ਮਾਨ ਸਿੰਘ ਜੀ 200 ਰੁਪਈਆ, ਸਰਦਾਰ ਸੁਖਵਿੰਦਰ ਸਿੰਘ ਜੀ 200 ਰੁਪਈਆ, ਸਰਦਾਰ ਆਸ਼ਾ ਸਿੰਘ ਜੀ 500 ਰੁਪਈਆ, ਸਰਦਾਰ ਜੋਗਿੰਦਰ ਸਿੰਘ ਜੀ 100 ਰੁਪਈਆ, ਸਰਦਾਰ ਗੁਰਦਿਆਲ ਸਿੰਘ ਜੀ 500 ਰੁਪਈਆ, ਸਰਦਾਰ ਮਨ ਜਸ਼ਨ ਸਿੰਘ ਬਾਜਵਾ 500 ਰੁਪਈਆ, ਸਰਦਾਰ ਗੁਰਮੀਤ ਸਿੰਘ ਜੀ 100 ਰੁਪਈਆ, ਸਰਦਾਰ ਸਤਨਾਮ ਸਿੰਘ ਜੀ 100 ਰੁਪਈਆ, ਸਰਦਾਰ ਮੋਹਨ ਸਿੰਘ ਜੀ 200 ਰੁਪਈਆ, ਇਸ ਤਰ੍ਹਾਂ ਸਾਡੀ ਗ੍ਰਾਹੀ ਗੁਰਦਿਆਲ ਸਿੰਘ ਜੀ 200 ਰੁਪਈਆ, ਇੱਦਾਂ ਸਾਡੇ ਕੋਲ 20,000 ਰੁਪਈਆ ਇਕੱਠਾ ਹੋ ਗਿਆ ਹੈ, ਜੋ 20,000 ਰੁਪਈਆ ਜੋ ਇਕੱਠਾ ਹੋ ਗਿਆ ਪਾ ਕੇ, ਔਰ 14,000 ਰੁਪਈਆ ਸਾਡੇ ਕੋਲ 14,070 ਰੁਪਈਏ ਖਰਚਿਆ ਹੋ ਗਿਆ, ਜਿਹਦੇ ਵਿੱਚੋਂ 6,100 ਰੁਪਈਆ 6,030 ਰੁਪਈਏ ਸਾਨੂੰ ਮਤਲਬ ਵੀ ਬਚ ਗਏ, ਹੋਰ ਕਿਸੇ ਦਾ ਇਸ ਤਰ੍ਹਾਂ ਜੀ ਮਨਦੀਪ ਸਿੰਘ ਜੀ ਸਾਬਕਾ ਮਨਦੀਪ ਸਿੰਘ ਜੀ ਸਰਪੰਚ 4,000, ਸਰਦਾਰ ਬਲਕਾਰ ਸਿੰਘ ਜੀ ਡੇਰੇ ਵਾਲੇ 4,000, ਸਰਦਾਰ ਸੁਖਵਿੰਦਰ ਸਿੰਘ ਜੀ ਸਾਬੀ ਬਿਜਲੀ ਵਾਲੇ 4,000, ਸਰਦਾਰ ਮਨਦੀਪ ਸਿੰਘ ਜੀ ਹਾਕੀ ਵਾਲੇ 4,000, ਸਰਦਾਰ ਨਵਦੀਪ ਸਿੰਘ ਜੀ 2,000, ਸਰਦਾਰ ਹਰੀ ਸਿੰਘ ਸਰਦਾਰ ਹਰਵੰਤ ਸਿੰਘ ਜੀ ਲੰਬੜਦਾਰ 5,000 ਰੁਪਈਆ, ਸਰਦਾਰ ਹਰੀ ਸਿੰਘ ਲੰਬੜਦਾਰ ਜੀ ਉਹਨਾਂ ਪੈਸੇ ਆਉਣੇ, ਸਰਦਾਰ ਮੰਗਲ ਸਿੰਘ ਜੀ, ਸਰਦਾਰ ਗੁਰਜਾਰ ਸਿੰਘ ਜੀ, ਸੁਖਵਿੰਦਰ ਸਿੰਘ ਜੀ ਇਹਨਾਂ ਨੂੰ ਪੈਸੇ ਲਿਆਉਣੇ, ਸਰਦਾਰ ਬਾਂਦਾ ਸਿੰਘ ਜੀ ਸੰਧਾ 4,000 ਰੁਪਈਆ, ਸਰਦਾਰ ਡਾਕਟਰ ਰਵਿੰਦਰ ਸਿੰਘ ਜੀ 4,000 ਰੁਪਈਆ, ਸਰਦਾਰ ਜਸਵੰਤ ਸਿੰਘ ਜੀ 4,000 ਰੁਪਈਆ, ਭਾਈ ਜਸਵੰਤ ਸਿੰਘ ਜੀ 4,000 ਰੁਪਈਆ, ਸਰਦਾਰ ਰਣਜੀਤ ਸਿੰਘ ਜੀ ਸੰਧਾ 4,000 ਰੁਪਈਆ, ਸਰਦਾਰ ਟਹਿਰ ਸਿੰਘ ਜੀ ਇਹਨਾਂ ਨੂੰ ਬਿਜਲੀ ਵਾਲੇ 8,000 ਰੁਪਈਆ ਆਇਆ ਜੀ, ਸਰਦਾਰ ਟਹਿਰ ਸਿੰਘ ਮਹਿਰ ਸਿੰਘ ਉਹਨਾਂ ਨੂੰ 4,000 ਰੁਪਈਆ ਉਹਨਾਂ 'ਚ ਆਇਆ ਜੀ, ਸਰਦਾਰ ਜਸਵੰਤ ਸਿੰਘ ਜੀ ਆਹੋ ਸੰਸਕਾਰ ਦਾ ਇੱਕ ਮਿੰਟ
ਨਿਸਕਾ ਮਾਰੇ ਪੀਰ ਤੇ ਗੱਲ ਕੀ ਨਿਸਕਾ ਮਾਰੇ ਅਵਤਾਰ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ ਆਓ ਫਤਿਹ ਸਾਂਝੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਕਿਰਪਾ ਕਰਨ ਗੁਰਦੁਆਰਾ ਸਿੰਘ ਸਭਾ ਅੰਦਾ ਦਿੱਤਾ ਤੋਂ ਨਗਰ ਕੀਰਤਨ ਦੀ ਆਰੰਭਤਾ ਹੋ ਚੁੱਕੀ ਹੈ। ਸਤਿਗੁਰ ਜੀ ਨੇ ਕਿਰਪਾ ਕੀਤੀ ਹੈ ਪਹਿਲੇ ਪੜਾਅ ਤੇ। ਸਤਿਗੁਰ ਮਹਾਰਾਜ ਜੀ ਆਪ ਜੀ ਆਪ ਦੀਆਂ ਤਖਤਾਂ ਤੇ ਬਰਾਜੇ ਨੇ। ਆਓ ਮੈਂ ਬਹੁਤਾ ਸਮਾਂ ਤੁਹਾਡਾ ਨਾ ਖਰਾਬ ਕਰਾਂ, ਸਮੇਂ ਦੇ ਅਨੁਸਾਰ ਚੱਲਾਂਗਾ। ਜਿੱਥੇ ਜਿੱਥੇ ਲੋੜ ਪਈ ਸੰਗਤਾਂ ਦੇ ਨਾਲ ਵਿਚਾਰ ਕਰਾਂਗੇ, ਨਾਲ ਆਪ ਜੀ ਵਾਸਤੇ ਪ੍ਰਬੰਧਕ ਜਨਾਂ ਨੇ ਪਵਿੱਤਰੀ ਜਥਾ ਸਤਿਗੁਰੂ ਜੀ ਦੇ ਚਰਨਾਂ ਦਾ ਇਤਿਹਾਸ ਮਹਾਰਾਜ ਜੀ ਦੇ
ਅੰਕਾਰ ਦਿਹਾੜੇ ਨੂੰ ਮੁੱਖ ਰੱਖਦਿਆਂ ਆਪ ਜੀ ਵਾਸਤੇ ਜੱਥਾ ਸੱਦਿਆ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਸਾਡੀ ਸਾਰਿਆਂ ਦੀ ਸਾਂਝ ਬਣ ਆਵੇ। ਆਓ ਆਪਾਂ ਜ਼ਿਆਦਾ ਸਮਾਂ ਇੱਥੇ ਨਹੀਂ ਲਾਉਣਾ ਕਿਉਂਕਿ ਅਸੀਂ ਸਾਰੇ ਏਕੇ ਹਾਂ, ਕੋਈ ਗੱਲ ਨਹੀਂ, ਸਾਨੂੰ ਕੋਈ ਦੁੱਧਾ ਨਹੀਂ ਹੈ ਕਿਉਂਕਿ ਆਪਾਂ ਤਕਰੀਬਨ 2-2.5 ਘੰਟੇ ਲੇਟ ਚੱਲ ਰਹੇ ਹਾਂ। ਸੱਚੇ ਪਾਤਸ਼ਾਹ ਮਹਾਰਾਜ ਸਤਿਕਾਰਯੋਗ ਸਾਡੇ, ਮੇਰੇ ਕੋਲ ਰਾਤ ਦਾ ਵੀ ਤਕਰੀਬਨ ਜ਼ਿਆਦਾ ਕੁਝ ਬੋਲਿਆ ਨਹੀਂ ਜਾ ਰਿਹਾ। ਸੱਚੇ ਪਾਤਸ਼ਾਹ ਮਹਾਰਾਜ ਸਾਡੇ ਬਹੁਤ ਹੀ ਸਤਿਕਾਰਯੋਗ, ਸਾਡੀ ਫੁੱਲਾਂ ਦੀ ਵਾੜੀ ਸਾਡੇ ਹੱਥੋਂ ਨਿਕਲ ਗਈ ਹੈ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ। ਉਹ ਮਹਾਰਾਜ ਕਿੰਝ ਲੈ ਗਏ ਨੇ, ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮਰਜ਼ੀ ਹੈ, ਹੁਕਮ ਹੈ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ। ਅਤੀ ਸਤਿਕਾਰਯੋਗ ਬਾਬਾ ਭਜਨ ਸਿੰਘ ਜੀ, ਉਹਨਾਂ ਦਾ ਸਤਿਕਾਰ ਹੋਣ ਤੋਂ ਬਾਅਦ ਨਗਰ ਕੀਰਤਨ ਆਪ ਜੀ ਸਿੱਖ ਸੰਗਤਾਂ ਦੇ ਹੰਗਾਰੇ ਦੇ ਨਾਲ ਮਹਾਰਾਜ ਜੀ ਚਾਲੇ ਪਾਏ ਨੇ ਸਤਿਗੁਰੂ ਜੀ ਨੇ ਉੱਥੋਂ। ਆਓ ਆਪਾਂ ਜਿੱਥੇ ਦੇ ਕੋਲੋਂ ਤਕਰੀਬਨ ਇੱਥੇ 15 ਕੁ ਮਿੰਟ ਲੈਣੇ ਨੇ, ਜ਼ਿਆਦਾ ਸਮਾਂ ਨਹੀਂ, ਸਮਾਂ ਸੀਮਤ ਰੱਖਾਂਗਾ ਮੈਂ। 15 ਮਿੰਟ ਜੱਥਾ ਇੱਥੇ ਆਪਣਾ ਇੱਥੇ ਬਾਹਰ ਰੱਖੇਗਾ ਜੀ, ਮਹਾਰਾਜ ਜੀ ਦੇ ਅਭਿਆਸ ਨਾਲ ਜੋੜੇਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਾਂਗੇ
ਗੁਰਬਾਣੀ ਕੇ ਪਜਹਾਜ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਛਤਰ ਸਾਇਆ ਹੇਠ ਜੋ ਅੱਜ ਪਿੰਡ ਮੋਠਾ ਵਾਲੀ ਦੇ ਪਿੰਡ ਮੋਠਾ ਵਾਲੀ ਤੋਂ ਬੜੇ ਸ਼ਰਧਾ ਪਿਆਰ ਦੇ ਨਾਲ ਸਮੂਹ ਸੰਗਤਾਂ ਅੱਜ ਨਗਰ ਕੀਰਤਨ ਸਜਾ ਕੇ ਪਹਿਲਾ ਪੜਾਅ ਕਰ ਰਹੀਆਂ ਨੇ। ਆਓ ਪਿਆਰ ਦੇ ਵਿੱਚ ਬਹੁਤ ਭਾਗਾਂ ਵਾਲੇ ਹੋ, ਵੱਡੇ ਭਾਗਾਂ ਵਾਲੇ ਹੋ, ਕਿਉਂਕਿ ਸੰਗਤ ਚ ਬੈਠੇ ਹੋ ਵੱਡੇ ਭਾਗ ਜਿਨ ਸਾਧ ਸੰਗਤ ਪਾਈ। ਆਓ ਜੀ ਆਗੇ ਆਪਤ ਸਿੰਘ ਜੋ ਪਾਵੇ, ਰਹਿਤਨਾਮੇ ਦਾ ਜ਼ਿਕਰ ਹੈ, ਆਗੇ ਆਪਤ ਸਿੰਘ ਜੋ ਪਾਵੇ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਫਤਿਹ ਬਹਾਦਰਾਂ ਦੀ ਅੱਗੇ ਝੁਕਦੀ ਹੈ, ਪਰ ਕਈ ਲੋਕ ਝੁਕਦੇ ਚੌਂਕੀਦਾਰ ਅੱਗੇ, ਚੌਂਕੀਦਾਰ ਝੁਕਦਾ ਨੰਬਰਦਾਰ ਅੱਗੇ, ਗੁਨਾਹਗਾਰ ਝੁਕਦਾ ਹੈ ਥਾਣੇਦਾਰ ਅੱਗੇ, ਥਾਣੇਦਾਰ ਵਰਕੁਤਲੀ ਕਰਤਾਰ ਅੱਗੇ, ਫਤਿਹ ਝੁਕਦੀ ਅੱਗੇ ਬਹਾਦਰਾਂ ਦੇ ਯੋਧੇ ਝੁਕਦੇ ਸਿਪਾਹ ਸਰਦਾਰ ਅੱਗੇ, ਬਹੁਤੇ ਝੁਕਦੇ ਵੇਖੇ ਮੈਂ ਵਜ਼ੀਰ ਸਾਰੇ ਬਾਦਸ਼ਾਹ ਦੇ ਹੁਕਮ ਦਰਬਾਰ ਅੱਗੇ, ਪਰ ਬਾਦਸ਼ਾਹ ਵੀ ਜਾਣ ਕੇ ਝੁਕ ਜਾਂਦੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਦਰਬਾਰ ਦਰਬਾਰ ਅੱਗੇ। ਆਓ ਜੀ ਪਿਆਰ ਦੇ ਵਿੱਚ ਹਿਰਦੇ ਨੂੰ ਕਰੋ ਵਿਸ਼ਾਲ, ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਦੀ ਬਣਾਈ ਹੋਈ ਫਤਿਹ, ਫਤਿਹ ਦਾ ਨਾਰਾ ਜੋ ਚੜ੍ਹਦੀ ਕਲਾ ਦਾ ਪ੍ਰਤੀਕ ਹੈ, ਗੱਜ ਵੱਜ ਕੇ ਲੱਗਦਾ ਉਤਸ਼ਾਹ ਬੜਾ ਹੈ ਸੰਗਤਾਂ ਦੇ ਵਿੱਚ, ਏਦਾਂ ਚਾਹੀਦਾ ਗੱਜ ਵੱਜ ਕੇ ਪਿਆਰ ਦਾ ਸਬੂਤ ਹੈ। ਬੜਾ ਸਬਾ ਸੰਗਤਾਂ ਹਾਜ਼ਰੀ ਦਵਾਓ ਜੀ, ਆਖੋ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ। ਉਹ ਸੁਦੀ ਸਤਵੀਂ 1666 ਸਨ
ਦਿਨ ਸ਼ਨੀਵਾਰ ਜਾਂ ਐਤਵਾਰ ਨੂੰ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਦਾ ਅਵਤਾਰ ਪਟਨੇ ਸ਼ਹਿਰ ਦੀ ਧਰਤੀ ਦੇ ਉੱਤੇ ਹੋਇਆ। ਬਹੁਤ ਸੰਗਤਾਂ ਨੇ ਵਧਾਈਆਂ ਦਿੱਤੀਆਂ। ਇਹ ਪਟਨਾ ਸ਼ਹਿਰ ਇੰਜ ਬਣ ਗਿਆ ਜਿਸ ਨੂੰ ਮਹਾਰਾਜ ਜੀ ਦਾ ਅਵਤਾਰ ਹੋਇਆ ਨਾ ਪਟਨੇ ਸ਼ਹਿਰ ਦਾ। ਪਟਨੇ ਸ਼ਹਿਰ ਨੂੰ ਸਜਾਇਆ ਗਿਆ ਜਿਵੇਂ ਕੋਈ ਨਗਰ ਕੀਰਤਨ ਸਜਣਾ ਹੋਵੇ ਤੇ ਸਾਰੇ ਪਿੰਡ ਦੇ ਦੀਆਂ ਸਫਾਈਆਂ ਕੀਤੀਆਂ ਜਾਂਦੀਆਂ ਨੇ, ਜਿਵੇਂ ਸਾਰੇ ਪਿੰਡ ਦੇ ਵਿੱਚ ਨੂੰ ਸਜਾਇਆ ਜਾਂਦਾ ਹੈ। ਮਤਲਬ ਇੱਦਾਂ ਪਟਨੇ ਸ਼ਹਿਰ ਦੇ ਵਿੱਚ ਜਿਹੜੀਆਂ ਰੌਣਕਾਂ ਲੱਗੀਆਂ, ਬਹੁਤ ਲੜੀਆਂ ਲੱਗੀਆਂ, ਸਜਾਇਆ ਗਿਆ, ਫੁੱਲਾਂ ਦੀ ਵਰਖਾ ਹੋਈ, ਫੁੱਲਾਂ ਦੀਆਂ ਪਾਰਕਾਂ ਸਜਾਈਆਂ ਗਈਆਂ। ਆਹ ਜਿਵੇਂ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਜਦੋਂ ਪਟਨੇ ਦੀ ਧਰਤੀ ਤੇ ਆਏ ਨਾ ਤੇ ਸੰਗਤਾਂ ਵਧਾਈਆਂ ਦਿੰਦੀਆਂ ਨੇ, ਜਿਹੜੀਆਂ ਗਲੀਆਂ ਨੇ, ਜਿਵੇਂ ਅੱਜ ਮੋਠਾ ਵਾਲੀ ਪਿੰਡ ਦੇ ਵਿੱਚ ਨਗਰ ਕੀਰਤਨ ਆਰੰਭ ਹੋਇਆ ਹੈ ਤੇ ਜਿਵੇਂ ਇਹ ਸਿਆਣਿਆਂ ਦੀ ਕਹਾਵਤ ਹੁੰਦੀ ਹੈ ਵੀ ਪਿੰਡ ਦੀ ਸਫਾਈ ਕਰੋ ਗਲੀਆਂ ਦੀ ਸਫਾਈ ਕੀਤੀ ਜਾਂਦੀ ਹੈ, ਇੰਝ ਹੀ ਪਟਨੇ ਸ਼ਹਿਰ ਦੀਆਂ ਗਲੀਆਂ ਨੂਰੋ ਨੂਰ ਹੋ ਗਈਆਂ। ਆਓ ਸੁਣੀਏ, ਸਮਾਂ ਆਪਣੇ ਕੋਲ ਸੀਮਤ ਹੈ, ਆਓ ਸੁਣੀਏ ਵੀ ਨੂਰੋ ਨੂਰ ਹੋ ਗਈਆਂ ਗਲੀਆਂ ਪਟਨੇ ਸ਼ਹਿਰ ਦੀਆਂ। ਮਾਂ ਗੁਜਰੀ ਨੇ ਦਰਸ਼ਨ ਕਰਕੇ ਸੀਨਾ ਠਾਰ ਲਿਆ, ਮਾਂ ਗੁਜਰੀ ਨੇ ਦਰਸ਼ਨ ਕਰਕੇ ਸੀਨਾ ਠਾਰ ਲਿਆ। ਮਨਾਉਂਦੇ
Sing the
ਭਾਈ ਕਨਈਆ ਜੀ ਟਰਸਟ ਫਗਵਾੜਾ ਵਿਖੇ ਚਲਾ ਰਹੇ ਨੇ ਸਤਿਗੁਰ ਕਿਰਪਾ ਇੱਥੇ ਜਿੱਥੇ ਵਾਸਤੇ 15 ਮਿੰਟ ਹੈ ਉਸ ਤੋਂ ਬਾਅਦ ਛੋਟਾ ਜਿਹਾ ਬੱਚਾ ਹੈ ਨਾਲ ਉਹ ਜਪੜਾ ਬੁਲਾਈਏ ਕਿਹਦਾ ਬਲਤੇਜ ਸਿੰਘ ਉਹ ਇੱਕ ਮਿੰਟ ਵਾਸਤੇ ਆਪ ਜੀ ਸੋਤਾ ਦੇ ਸਤਿਗੁਰ ਇਤਿਹਾਸ ਦੀ ਬਾਤ ਪਾਏਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸੱਚੇ ਸੱਚੇ ਅੱਲਾ ਦੇ ਫਕੀਰ ਨੇ ਆਖਿਆ ਪੀਰ ਜੀ ਕੀ ਹਾਜ਼ਰ ਕਰੀਏ
ਕੀ ਤੁਹਾਨੂੰ ਸ਼ਿਕਾਈਏ ਦੱਸੋ ਤੁਹਾਡੇ ਇੱਥੇ ਆਸਣ ਸਜਾ ਦਈਏ ਤੇ ਦੱਸੋ ਕੀ ਕਰਨਾ ਏ ਕੀ ਸਾਨੂੰ ਹੁਕਮ ਹੈ ਇਧਰੋਂ ਭੀਖਮਸ਼ਾ ਨੇ ਆਖਿਆ ਅਸੀਂ ਜਿਹੜਾ ਸਾਹਿਬਜ਼ਾਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ ਪ੍ਰਗਟ ਹੋਇਆ ਨਾ ਅਸੀਂ ਉਹਦੇ ਦਰਸ਼ਨ ਕਰਨੇ ਨੇ ਮਾਮਾ ਕਿਰਪਾਲ ਚੰਦ ਕਹਿੰਦਾ ਸਾਹਿਬਜ਼ਾਦਾ ਅਜੇ ਛੋਟੀ ਉਮਰ ਵਿੱਚ ਹੈ ਤੇ ਜਦੋਂ ਇੱਥੇ ਤੁਸੀਂ ਸਾਡੇ ਕੋਲ ਰਹੋ ਅਸੀਂ ਤੁਹਾਡੀ ਸੇਵਾ ਕਰਾਂਗੇ ਜਦੋਂ ਥੋੜਾ ਜਿਹਾ ਵੱਡਾ ਆਊਗਾ ਫਿਰ ਤੁਹਾਨੂੰ ਦਰਸ਼ਨ ਕਰਵਾ ਦਿਆਂਗੇ ਇਧਰ ਭੀਖਮਸ਼ਾ ਨੇ ਹੱਟ ਕੀਤਾ ਜਦੋਂ ਉਹਨੇ ਆਖਿਆ ਵੀ ਇੱਥੇ ਆਸਣ ਵਿਛਾ ਦਈਏ ਭੀਖਮਸ਼ਾ ਨੇ ਆਖਿਆ ਪਿਆਰੇ ਦੀ ਦਹਲੀਜ ਦੇ ਨਾਲ ਹੋਰ ਆਸਣ ਕਿਹੜਾ ਚੰਗਾ ਅਸੀਂ ਪਿਆਰੇ ਦੇ ਪਿਆਰ ਦੇ ਵਿੱਚ ਇੱਥੇ ਬਰੂਹਾਂ ਦੇ ਵਿੱਚ ਹੀ ਆਸਣ ਵਾਲਾ ਲਾ ਲਾਂਗੇ ਇਤਿਹਾਸ ਕਹਿੰਦਾ ਦਿਓੜੀ ਦੇ ਵਿੱਚ ਹੀ ਸਫਾ ਵਿਛਾਈਆਂ ਗਈਆਂ ਪੀਰ ਨੇ ਚੌਂਕੜੇ ਮਾਰ ਲਏ ਤਿੰਨ ਦਿਨ ਲੰਘੇ ਪੀਰ ਦਾ ਹੱਠ ਵੇਖ ਕੇ ਮਾਮਾ ਕਿਰਪਾਲ ਚੰਦ ਜੀ ਨੇ ਆਖਿਆ ਇਹ ਕੋਈ ਪਹੁੰਚੇ ਹੋਏ ਫਕੀਰ ਜਾਪਦੇ ਨੇ ਇਧਰੋਂ ਪੀਰ ਨੂੰ ਆਗਿਆ ਦਿੱਤੀ ਵੀ ਚਲੋ ਅੱਜ ਸਾਹਿਬਜ਼ਾਦੇ ਦੇ ਦਰਸ਼ਨ ਕਰ ਲਓ ਫਿਰ ਪੀਰ ਇਧਰੋਂ ਭੀਖਮਸ਼ਾ ਨੇ ਬਾਜ਼ਾਰ ਵਿੱਚੋਂ ਦੋ ਕੁੱਜੀਆਂ ਲਈਆਂ ਇੱਕ ਕੁੱਜੀ ਵਿੱਚ ਪਾਇਆ ਪਾਣੀ ਇੱਕ ਕੁੱਜੀ ਦੇ ਵਿੱਚ ਪਾਇਆ ਦੁੱਧ ਜਿਹੜਾ ਪਾਣੀ ਹੈ ਉਹਨੂੰ ਸਮਝਿਆ ਕਿ ਇਹ ਤੁਰਕਾਂ ਦਾ ਪਾਸਾ ਹੈ ਜਿਹੜਾ ਜਿੱਧਰ ਦੁੱਧ ਹੈ ਉਹਨੇ ਸਮਝਿਆ ਇਹ ਹਿੰਦੂਆਂ ਦਾ ਪਾਸਾ ਹੋਵੇਗਾ ਮੈਂ ਵੇਖਣਾ ਕਿ ਇਹ ਸਾਹਿਬਜ਼ਾਦਾ ਇਹ ਅੱਲਾ ਦਾ ਨੂਰ ਇਹ ਜਿਹੜਾ ਸਾਹਿਬਜ਼ਾਦਾ ਪ੍ਰਗਟ ਹੋਇਆ ਮੈਂ ਵੇਖਣਾ ਇੱਕ ਇਹਨਾਂ ਦੇ ਨਾਲ ਪਿਆਰ ਕਰਦਾ ਆਹੋ ਜਿਵੇਂ ਈਸਾਈ ਭੀਖਮਸ਼ਾ ਦੋ ਕੁੱਜੀਆਂ ਲੈ ਕੇ ਆਪਣੇ ਮਨ ਦੇ ਵਿੱਚ ਗੁਣੇ ਮਾਰ ਕੇ ਜਿਵੇਂ ਹਜ਼ੂਰ ਗੋਬਿੰਦ ਰਾਏ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆ ਰਿਹਾ ਸੁਣੀਏ ਉਸ ਵੇਲੇ ਦਾ ਸੀਨ ਇਉਂ ਬਿਆਨ ਕੀਤਾ ਜਾ ਰਿਹਾ ਜੀ ਸੁਣੀਏ ਪਿਆਰ ਨਾਲ ਭੀਖਮਸ਼ਾ ਦੋ ਕੁੱਜੀਆਂ ਲੈ ਕੇ ਸਤਿਗੁਰੂ ਮੋਰੇ ਧਰਤੀ ਪਟਣੇ ਦੀ ਪਾਰਵਤੀ ਇੱਕ ਵਰਗਾ ਦੇ ਦੂਜਾ ਮਾਏ ਤੁਸੀਂ ਕਹਿੰਦਾ ਨਹੀਂ ਆਏ ਪਾਣੀ ਸਮਝੋ ਸਾਰ ਮਰਾਰਾ ਦੁੱਧ ਸਮਝੋ ਸਰਦਾ ਨਹੀਂ ਰਾਖਾ ਕਰਮ ਲੁੱਟੀ ਜਾਂਦਾ ਸਾਰੇ ਜਨਮ ਮੁਬਾਰਕ ਮਾਰੇ ਮਿਲ ਪਾਏ ਜੋ ਇੱਕ ਮਰਦਾ ਤੇ ਦੂਜਾ ਮਾਰੇ ਤੁਸੀਂ ਕਿੰਨਾ ਨਹੀਂ ਆਏ ਜੋ ਅਖਰਿਆ ਜਬਰੀ ਲਈਆ ਜਾਣ ਵਗਾਰਾ ਜ਼ੁਲਮ ਹੋਏ ਪਰ ਤੱਖ ਰਿਆ ਮੌਲਵੀਆਂ ਦਸ਼ੂਰੀਆਂ ਫੜੀਆਂ ਪੰਡਤ ਮਾਰ ਮਗਾ ਕਿੰਨਾ ਕਿੰਨਾ ਨੂੰ ਤਾਰੋਗੇ ਇੱਕ ਮਰਦਾ ਤੇ ਦੂਜਾ ਮਾਰੇ ਤੁਸੀਂ ਕਿੰਨਾ ਮੱਚੀਆ ਜਦੋਂ ਇੱਜ਼ਤ ਲੁੱਟੀ ਦੀ ਲੋਕੀ ਚੀਕ ਪੁਕਾਰਾ ਕਰਦੇ ਰਜਤ ਨਵਾਣੀ ਰਜਤ ਨਵਾਣੀ ਪੁੱਟੀ ਦੀ ਹੱਥਾਂ ਇੱਜ਼ਤ ਵਿੱਚ ਰਹੀ ਮੈਂ ਦੇਵੀ ਅਸੀਸ ਚੁਕਾਏ ਜੋ ਇੱਕ ਮਰਦਾ ਤੇ ਦੂਜਾ ਬੋਲੇ ਸੋ ਮਿਹਾਰ
ਪਿਛਲੇ ਪੜਾਅ ਤੇ ਆਪਾਂ ਪੜਿਆ ਕਿ
ਸਾਈ ਭਿਕਮ ਸ਼ਾਹ ਦੋ ਕੁੜੀਆਂ ਦੇ ਵਿੱਚ ਇੱਕ ਵਿੱਚ ਪਾਣੀ ਪਾਇਆ ਇੱਕ ਵਿੱਚ ਦੁੱਧ ਪਾਇਆ ਦੋਵਾਂ ਨੂੰ ਹਜ਼ੂਰ ਗੋਬਿੰਦ ਰਾਏ ਸਾਹਿਬ ਜੀ ਦੇ ਸਵਾਲ ਦਾ ਜਵਾਬ ਦਿੰਦੇ ਨੇ ਤੇ ਇਧਰ ਤੀਰ ਖੁਸ਼ੀ ਖੁਸ਼ੀ ਦੇ ਵਿੱਚ ਡਿਉੜੀ ਦੇ ਵਿੱਚੋਂ ਅੱਗੇ ਡਿਉੜੀ ਵਿੱਚ ਆਉਂਦਾ ਮਹਿਲਾ ਦੇ ਵਿੱਚੋਂ ਹਜ਼ੂਰ ਦੇ ਬਾਹਰ ਆਉਂਦਾ ਹੈ ਸਰਦਾ ਪੁੱਛਦੀਆਂ ਕੀ ਜਵਾਬ ਦਿੱਤਾ ਹੈ ਤੁਹਾਨੂੰ ਸਾਹਿਬਜ਼ਾਦੇ ਨੇ ਪੀਰ ਜੀ ਕਹਿੰਦੇ ਨੇ ਜਿਹੜੇ ਮੇਰੇ ਮਨ ਦਾ ਸਵਾਲ ਸੀ ਨਾ ਜਿਹੜੀ ਮੈਂ ਠਸਕੇ ਤੋਂ ਅਮੀਤ ਲੈ ਕੇ ਆਇਆ ਸੀ ਉਹ ਮੇਰੇ ਅਮੀਤ ਦਾ ਜਿਹੜਾ ਸਵਾਲ ਸੀ ਉਹ ਮੈਨੂੰ ਜਵਾਬ ਮਿਲ ਗਿਆ ਮੈਨੂੰ ਇਹੋ ਹੀ ਉਮੀਦ ਸੀ ਕਿ ਇਹ ਜਿਹੜੇ ਅਕਾਲ ਪੁਰਖ ਦੇ ਭੇਜੇ ਹੋਏ ਰਹਿਬਰ ਨੇ ਇਹ ਸਭਨਾਂ ਦੇ ਨਾਲ ਪਿਆਰ ਕਰਨਗੇ ਉਹਨਾਂ ਨੇ ਮੈਨੂੰ ਇਹ ਜਵਾਬ ਦੇ ਦਿੱਤਾ ਹੈ ਹੁਣ ਜਿਹੜੇ ਸਾਈ ਭਿਕਮ ਸ਼ਾਹ ਉਸ ਵੇਲੇ ਦੇ ਸੀਨ ਨੂੰ ਦੱਸ ਰਿਹਾ ਆਪ ਸੁਣੀਏ ਜੀ ਅਮਰਜੀਤ ਸਿੰਘ ਰਤਨਗੜ੍ਹ ਦੇ ਜਥੇ ਦੇ ਕੋਲੋਂ ਇਹੋ ਗੱਲ ਕੀਤਾ ਜਾਂਦਾ ਹੈ ਸਹਜੇ ਨਾਲ ਹੁੰਨੀਆਂ ਗੁਲਾਬੀ ਬੁੱਲੀਆਂ ਸਾਈ ਨੂੰ ਦੱਸਣ ਗੱਲਾਂ ਯਾਰ ਮੁੱਲੀਆਂ ਸਾਈ ਨੂੰ ਦੱਸਣ ਗੱਲਾਂ ਯਾਰ ਮੁੱਲੀਆਂ ਉਹ ਸੱਚ ਨੂੰ ਲੱਗੂ ਨਾ ਹੁਣ ਵੇਸ ਸਾਈ ਜੀ ਇਤਿਹਾਸ ਕਹਿੰਦਾ ਹੈ ਕਿ ਘਰਾਣਾ ਵਾਕੇ
ਅੱਗੋਂ ਇੱਕ ਹੋ ਗਈ ਹੈ ਇਧਰੋਂ ਸਾਈ ਨੂੰ ਪਤਾ ਲੱਗ ਗਿਆ ਸਾਈ ਨੂੰ ਜਵਾਬ ਮਿਲ ਗਿਆ ਹਜ਼ੂਰ ਨੂੰ ਦਬਾ ਰਿਹਾ ਇੱਥੇ ਇਹ ਇੱਕ ਏਕਤਾ ਇਹਨਾਂ ਦੇ ਵਿੱਚ ਇਤਫਾਕ ਵੀ ਹੈਗਾ ਇਹ ਮਾਰੇ ਦੇ ਉੱਤੇ ਜ਼ੁਲਮ ਹੋ ਰਿਹਾ ਉਹਨੇ ਆਪਣੇ ਪਿਓ ਦਾ ਸੀਸ ਵੱਢ ਕੇ ਤੇ ਆਪਣੇ ਭਾਈ ਦਾ ਸੀਸ ਵੱਢ ਕੇ ਆਪਣੇ ਪਿਓ ਨੂੰ ਤੋਹਫੇ ਵਜੋਂ ਦਿੰਦਾ ਜਿਹੜੇ ਦਰਿਆ ਨੇ ਮਾਰ ਰਿਹਾ ਇੱਥੇ ਭਾਈ ਨੂੰ ਮਾਰ ਕੇ ਪਿਓ ਨੂੰ ਸਿਰ ਦਾ ਤੋਹਫਾ ਦਿੱਤਾ ਜਾ ਰਿਹਾ ਜਿਹੜੇ ਦਰਿਆ ਨੇ ਉਹ ਚਾਹੀਦਾ ਤਾਂ ਅਸੀਂ ਪਾਣੀ ਦੇ ਝਰਨੇ ਛੱਡਦੇ ਪਰ ਉਹ ਖੂਨ ਦੇ ਝਰਨੇ ਛੱਡ ਰਹੇ ਨੇ ਇੱਥੇ ਮਰਨ ਵਾਲੀ ਦੀ ਲੜਾਈ ਹੋ ਰਹੀ ਹੈ ਤੁਸੀਂ ਦੱਸੋ ਕਿੰਨਾ ਦੇ ਨਾਲ ਪਿਆਰ ਕਰੋਗੇ ਹਜ਼ੂਰ ਨੇ ਇਸ਼ਾਰੇ ਦੇ ਨਾਲ ਦੱਸ ਦਿੱਤਾ ਕਿ ਦੋਹਾਂ ਦੇ ਤੋਂ ਅਸੀਂ ਤੀਸਰਾ ਜਿਹੜਾ ਪੰਥ ਉਹ ਸਾਜਾਂਗੇ ਇਧਰੋਂ ਸਾਈ ਖੁਸ਼ੀ ਖੁਸ਼ੀ ਦੇ ਨਾਲ ਆਪਣੇ ਆਪਣੇ ਪਿੰਡਾਂ ਨੂੰ ਗਿਆ ਅਖਸਕੇ ਨੂੰ ਮੁੜ ਗਿਆ ਆਖਿਆ ਵਾਹ ਬਾਲੀ ਮੈਂ ਇਹੋ ਹੀ ਉਮੀਦ ਲੈ ਕੇ ਆਇਆ ਸੀ ਮੈਨੂੰ ਜਿਹੜੀ ਤੁਸੀਂ ਜਵਾਬ ਦੇ ਦਿੱਤਾ ਇਹ ਬਿਲਕੁਲ ਠੀਕ ਹੈ ਇਧਰੋਂ ਹਜ਼ੂਰ ਨੇ ਆਪਣੇ ਹਾਣੀਆਂ ਨੂੰ ਨਾਲ ਲੈ ਕੇ ਇਧਰੋਂ ਇਹ ਰੋਜ਼ ਜਾਇਆ ਕਰਦੇ ਨੇ ਇੱਥੇ ਕਈ ਤਰ੍ਹਾਂ ਦੇ ਚੋਜ ਹੁੰਦੇ ਨੇ ਇਧਰੋਂ ਸ਼ਿਵ ਦਾ ਪੰਡਤ ਇੱਥੇ ਵੀ ਰਹਿੰਦਾ ਹਜ਼ੂਰ ਇਹਦੇ ਵੱਲ ਵੀ ਵੇਖਦੇ ਨੇ ਪੰਡਤ ਸ਼ਿਵ ਦਾ ਰਹਿੰਦਾ ਇਹਦਾ ਬੜਾ ਮਾਣ ਸਤਿਕਾਰ ਹੈ ਹਜ਼ੂਰ ਨੂੰ ਰਾਣੀ ਕੰਗਣਾਂ ਦਾ ਜੋੜਾ ਸੋਨੇ ਦੇ ਕੰਗਣਾਂ ਦਾ ਜੋੜਾ ਪਹਿਨਾਇਆ ਸੀ ਬਈ ਪਿਆਰ ਦੇ ਨਾਲ ਹਜ਼ੂਰ ਦੇ ਹੱਥਾਂ ਦੇ ਉੱਤੇ ਬੜਾ ਸੋਹਣਾ ਲੱਗਦਾ ਤੇ ਹਜ਼ੂਰ ਸਰਕਾਰ ਜੀ ਤੇ ਮਾਮਾ ਕਿਰਪਾਲ ਚੰਦ ਜੀ ਨਾਲ ਗਏ ਨੇ ਇਹਨਾਂ ਨੇ ਆਖਿਆ ਬਈ ਹੈ ਹਜ਼ੂਰ ਜਾ ਰਹੇ ਨੇ ਤੇ ਜਦੋਂ ਇਹਨਾਂ ਨੇ ਦੱਸਿਆ ਵੀ ਇੱਥੇ ਡਿੱਗਾ ਹਜ਼ੂਰ ਨੇ ਦੂਜਾ ਚੰਨਣ ਵੀ ਜਿਹੜਾ ਹੈ ਉੱਥੇ ਨਦੀ ਵਿੱਚ ਸੁੱਟਿਆ ਇਧਰੋਂ ਹਜ਼ੂਰ ਨੂੰ ਜਿਵੇਂ ਦੱਸ ਰਹੇ ਨੇ ਨਾ ਮਾਤਾ ਗੁਜਰ ਕੌਰ ਜੀ ਪਿਤਾਲ ਜੀ ਕਿੱਥੇ ਕੰਗਣ ਵੱਜ ਗਿਆ ਜਿਵੇਂ ਆਓ ਸੁਣੀਏ ਜੀ ਮੇਰੇ ਖਿਆਲ ਟਾਈਮ ਹੈਗਾ ਅਸੀਂ ਇੱਕ ਕਵਿਤਾ ਹੀ ਪੜ੍ਹਨੀ ਸੀ ਹਾਂਜੀ ਸਤਿਕਾਰ ਕੀਤਾ ਉਹਨਾਂ ਦੇ ਵੱਲੋਂ ਬਹੁਤ ਸਾਰਾ ਪੜਾਅ ਹੋਇਆ ਬਹੁਤ ਸਾਰਾ ਮਾਣ ਸਨਮਾਨ ਹੋਇਆ ਹੋਰ ਬਾਕੀ ਸੰਗਤਾਂ ਨੇ ਬੜਾ ਮਾਣ ਸਨਮਾਨ ਕੀਤਾ ਬਲਾਉ ਹੁੰਦੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਧਰਤੀ ਤੋਂ ਸਤਿਗੁਰੂ ਜੀ ਦਾ ਅਵਤਾਰ ਧਾਰਨਾ ਆਪ ਜੀ ਕਵਿਤਾ ਸਾਧਨ ਕਰਕੇ ਹਟੇ ਹੋ ਪਿਛਲੇ ਪੜਾਵਾਂ ਤੇ ਸੱਚੇ ਪਾਤਸ਼ਾਹ ਨੇ ਕਿਰਪਾ ਕਰ ਸਾਡੇ ਲਾਡੀ ਭਾਈ ਇੰਗਲੈਂਡ ਤੋਂ ਯੂਕੇ ਤੋਂ ਆਏ ਨੇ ਕਾਹਲੋ ਪਰਿਵਾਰ ਸਾਰਾ ਇੰਗਲੈਂਡ ਤੋਂ ਹੀ ਆਇਆ ਜੀ ਬੋਲੇ ਸੋਨਹਾ ਸੁਖਵਿੰਦਰ ਸਿੰਘ ਜੀ ਯੂਕੇ ਮਹਾਰਾਜ ਕਿਰਪਾ ਕੀਤੀ ਸੱਚੇ ਪਾਤਸ਼ਾਹ ਇੰਗਲੈਂਡ ਦੀ ਧਰਤੀ ਤੇ ਰਹਿ ਕੇ ਗੁਰਸਿੱਖੀ ਜੀਵਨ ਭਾਈ ਸਾਹਿਬ ਜੀ ਨੇ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਭਾਈ ਸਾਹਿਬ ਕਹਿੰਦੇ ਨਹੀਂ ਅਸੀਂ ਕੁਛ ਵੀ ਨਹੀਂ ਆ ਬੋਲੇ ਸੋਨਹਾ ਮੋਂਟੀ ਕਾਲੋ ਜੀ ਆਜੋ ਭਾਈ ਸਾਹਿਬ ਜੀ ਸੱਚੇ ਪਾਤਸ਼ਾਹ ਮਹਾਰਾਜ ਤੇ ਬਹੁਤ ਖੁਸ਼ ਹੋਏ ਨੇ ਇਹਨਾਂ ਸੇਵਾਵਾਂ ਤੇ ਕਿ ਬੱਚਿਆਂ ਨੂੰ ਤੁਸੀਂ ਗੁਰਬਾਣੀ ਸਿਖਾ ਰਹੇ ਹੋ ਸੋਨਿਹਾਲ ਸ੍ਰੀ ਅਕਾਲ ਭਾਈ ਅਮੀਤ ਸਿੰਘ ਜੀ ਇਹਦਾ ਸਾਰੇ ਪਰਿਵਾਰ ਵੱਲੋਂ ਗਾਂ ਨਗਰਾਂ ਦਾ ਸੇਵਾ ਦਾ ਸੇਵ ਵੀ ਸੇਵਾ ਦਾ ਲੰਗਰ ਵੀ ਲਾਇਆ ਜਾ ਰਿਹਾ ਸੱਚੇ ਪਾਤਸ਼ਾਹ ਮਹਾਰਾਜ ਇਹ ਤਿੰਨੇ ਪਰਿਵਾਰ ਜਿਹੜੇ ਨੇ ਇਹਨਾਂ ਨੇ ਬੇਨਤੀ ਕੀਤੀ ਆ ਕਿ ਸਾਨੂੰ ਵੀ ਸੇਵਾਵਾਂ ਲਾਓ ਸੱਚੇ ਪਾਤਸ਼ਾਹ ਜਿਹੜੇ ਬੱਚੇ ਸਾਡੇ ਨਸ਼ਾ ਰਹਿਤ ਹੋ ਸਕਣ ਬੜੀ ਖੁਸ਼ੀ ਕੀਤੀ ਆ ਕਿ ਪਿੰਡ ਦੇ ਵਿੱਚ ਇਹ ਸੇਵਾਵਾਂ ਚੱਲ ਰਹੀਆਂ ਨੇ ਸੱਚੇ ਪਾਤਸ਼ਾਹ ਮਹਾਰਾਜ ਇਹਨਾਂ ਕੋਲ ਵੱਡੀਆਂ ਵੱਡੀਆਂ ਸੇਵਾਵਾਂ ਲੈਣ ਧੰਨਵਾਦ ਭਾਈ ਸਾਹਿਬ ਜੀ ਦਾ ਹੁਣ ਪਾਤਸ਼ਾਹ ਜੀ ਬੋਲਦਾ ਨੇ ਕਮਾਨੇ ਹੋਏ ਸਾਰੀਆਂ ਸੰਗਤਾਂ ਪਿਆਰ ਦਾ ਸਬੂਤ ਦਿਓ ਪਾਤਸ਼ਾਹ ਦੇ ਚਰਨਾਂ ਜਹਾ ਜੀ ਲਵਾਈਏ ਗੱਜ ਕੇ ਬੁਲਾ ਫੱਜਿਆ ਕੋਈ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਭ ਤੋਂ ਪਹਿਲੇ ਗੁਰੂ ਪਿਆਰੀ ਸਾਧ ਸੰਗਤ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਮੇਸ਼ ਦਸ਼ਮੇਸ਼ ਪਿਤਾ ਦੇ ਅਵਤਾਰ ਪੁਰਬ ਦੀਆਂ ਲੱਖ ਲੱਖ ਗੁਰਮੁਖ ਸੰਗਤਾਂ ਨੂੰ ਵਧਾਈ ਦਿੰਦੇ ਹਾਂ ਪਾਤਸ਼ਾਹ ਦੀ ਗੁਰਬਾਣੀ ਦਾ ਫਰਮਾਨ ਹੈ ਹੋਏ ਕੱਤਰ ਮਿਲੋ ਮੇਰੇ ਭਾਈ ਲੰਬਾ ਦੂਰ ਘਰੋਂ ਲੈ ਬੁਲਾਏ ਹਰ ਨਾਮਾ ਕਾ ਹੋਵੇ ਜੋੜੀ ਗੁਰਮੁਖ ਬੈਸਰ ਸਫਾ ਵਿਛਾਏ ਦੇ ਮਾਂ ਵਾਕ ਅਨੁਸਾਰ ਬੜੀ ਖੁਸ਼ੀ ਦੀ ਗੱਲ ਹੈ ਬਹੁਤ ਦਿਨਾਂ ਤੋਂ ਗੁਰਮੁਖ ਸੰਗਤਾਂ ਨੇ ਨਕਲ ਦੀਆਂ ਪ੍ਰਕਰਮਾਂ ਕੀਤੀਆਂ ਹਨ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਉਸ ਤੋਂ ਉਪਰੰਤ ਅੱਜ ਭੋਗ ਤੋਂ ਉਪਰੰਤ ਸਾਰੀਆਂ ਹੀ ਸੰਗਤਾਂ ਗੁਰੂ ਸਾਹਿਬ ਦੇ ਨਾਲ ਪਾਲਕੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਹੀ ਨਕਲ ਦੀਆਂ ਪ੍ਰਕਰਮਾਂ ਕਰ ਰਹੇ ਹਨ ਸਤਿਗੁਰੂ ਜੀ ਗੁਰਮੁਖ ਸੰਗਤਾਂ ਸਿਰ ਤੇ ਮੇਲ ਭਰਿਆ ਹੱਥ ਰੱਖਣ ਚੜ੍ਹਦੀਆਂ ਕਲਾ ਰੱਖਣ ਸੋ ਪਾਤਸ਼ਾਹ ਜੀ ਦੇ ਅਵਤਾਰ ਪੁਰਬ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਇਆ ਸਮਾਂ ਥੋੜ੍ਹਾ ਹੈ ਕੁਝ ਲਈਨਾਂ
ਆਉਂਦੇ ਸੰਗੋ ਕਰਨੀਆਂ ਹਨ ਪਿਆਰ ਨਾਲ ਸ਼ਰਣ ਕਰੋ ਜੋ ਕਿ ਪਾਤਸ਼ਾਹ ਜੀ ਦਾ ਅਵਤਾਰ ਹੋਇਆ ਹੈ ਤੇ ਘਰ ਕਹਿਣੇ ਕੋ ਤੂੰ ਨੂੰ ਸੁਣਾ ਸਹਿਯੋਗ ਦੀ ਜੋਤ ਰੱਬ ਦੀ ਗਈ ਅੱਜ ਪਟਣ ਜਿਆ ਆਂਡਣਾ ਗਵਾਂਡਣਾ ਨੇ ਦੇਖਿਆ ਜਲਾਲ ਨੂੰ ਕਹਿਣੇ ਕੋ ਦੂਜੀ ਨੂੰ ਸੁਣਾ ਸਹਿਯੋਗ ਦੀ ਜੋਤ ਰੱਬ ਦੀ ਗਈ ਅੱਜ ਪਟਣ ਜਿਆ ਤੇਗ ਦਾ ਦੁਲਾਰਾ ਮਾਤਾ ਗੁਜਰੀ ਦਾ ਲਾਡਲਾ ਦੁਖੀਆਂ ਦਾ ਬਣੂ ਹਮਸ਼ਾ ਸਹਿਯੋਗ ਜੋਤ ਰੱਬ ਦੀ ਗਈ ਅੱਜ ਪਟਣ ਜਿਆ ਉਹ ਤਾਂ ਕੋਈ ਜਾਪਿਆ ਲਿਆ ਸਹਿਯੋਗ ਜੋਤ ਰੱਬ ਦੀ ਗਈ ਅੱਜ ਪਟਣ ਜਿਆ ਚੜਿਆ ਚੰਨ ਤੇ ਹਨੇਰ ਸਾਰੇ ਦੂਰ ਹੋਏ ਚੜੇ ਆਏ ਚੰਨ ਦੇ ਹਨੇਰ ਸਾਰੇ ਦੂਰ ਹੋਆ ਜਿੱਤੇ ਜਦ ਦਰਸ਼ ਲਿਖਾ ਜੋਤ ਰੱਬ ਦੀ ਗਈ ਅੱਜ ਪਟਣ ਜਿਆ ਸਹਿਯੋਗ ਜੋਤ ਰੱਬ ਦੀ ਗਈ ਅੱਜ ਪਟਣ ਜਿਆ ਪਰੀਆਂ ਨੇ ਮੰਗਲਾ ਚਰਨ ਆਕੇ ਗਾਏ ਸੀ ਦੇਵਤਿਆਂ ਨੇ ਖੁਸ਼ੀ ਵਿੱਚ ਆਕੇ ਫੁੱਲ ਬਰਸਾਏ ਸੀ ਸਹਿਯੋਗ ਜੋਤ ਰੱਬ ਦੀ ਗਈ ਅੱਜ ਪਟਣ ਜਿਆ ਸਹਿਯੋਗ ਜੋਤ ਰੱਬ ਦੀ ਗਈ ਅੱਜ ਪਟਣ ਜਿਆ ਦੇਣ ਦਾ ਵਧਾਈ ਸੰਸਾਰ ਸਾਰਾ ਆ ਗਿਆ ਖੁਸ਼ੀਆਂ ਨੇ ਦੂਣ ਸਵਾਰ ਜੋਤ ਰੱਬ ਦੀ ਗਈ ਅੱਜ ਪਟਣ ਜਿਆ ਸਹਿਯੋਗ ਜੋਤ ਰੱਬ ਦੀ ਗਈ ਅੱਜ ਪਟਣ ਜਿਆ ਸਹਿਯੋਗ ਜੋਤ ਰੱਬ ਦੀ ਗਈ ਅੱਜ ਪਟਣ ਜਿਆ ਇਹ ਕੋਈ ਕਹਿੰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ ਗੁਰਮੁਖ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਪਾਤਸ਼ਾਹ ਦੇ ਅਵਤਾਰ ਪੁਰਬ ਦੀਆਂ ਜੋ ਪਾਤਸ਼ਾਹ ਜੀ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਸਤਿਗੁਰੂ ਜੀ ਚੜ੍ਹਦੀਆਂ ਕਲਾ ਰੱਖਣ ਗੁਰਮੁਖ ਸੰਗਤਾਂ ਸਿਰ ਤੇ ਮੇਰੇ ਭਰਿਆ ਹੱਥ ਰੱਖਣ ਜਿੱਦਾਂ ਗੁਰਮੁਖ ਸੰਗਤਾਂ ਨੇ ਮੇਰੇ ਵੀਰਾਂ ਬਜ਼ੁਰਗਾਂ ਨੇ
Oh,
ਰੱਖ ਕਿਉਂ ਨਾ ਮੈਨੂੰ ਸਮਝ ਆਇਆ ਦੱਸੀ ਵੇ ਮੇਰੇ ਨਾਲ ਬੁੱਲਿਆ ਦੱਸੀ ਵੇ ਮੇਰੇ ਨਾਲ ਬੁੱਲਿਆ ਕਿੱਥੇ ਨਦੀ ਵਿੱਚ ਕੰਗਣਾ ਦਵਾਇਆ ਦੱਸੀ ਵੇ ਮੇਰੇ ਨਾਲ ਬੁੱਲਿਆ ਦੱਸੀ ਵੇ ਮੇਰੇ ਨਾਲ ਬੁੱਲਿਆ ਵੇਖ ਵੇਖ ਜਿਉਂਦੀ ਜਿੰਨੇ ਤੈਨੂੰ ਪਹਿਲਾਇਆ ਸੀ ਵੇ ਮੈਂ ਤੁਹਾਨੂੰ ਬੇਟਾ
ਰਾਜੋਟਾ ਜੀ ਸਾਡੇ ਵਿੱਚ ਜੇ ਅਸੀਂ ਬੱਚਿਆਂ ਦੇ ਮੁਕਾਬਲੇ ਕਰਾਉਣ ਵਾਸਤੇ ਚੱਕ ਸਰ ਸੱਜੇ ਸਰ ਪੈਸਾ ਭਾਈ ਜਸਕਰਨ ਸਿੰਘ ਜੀ ਤਾਰਪੁਰ ਇਹਨਾਂ ਦੀ ਅਕੈਡਮੀ ਹੈ ਬੱਚਿਆਂ ਨੂੰ ਦਸਤਾਰਾ ਸਿਖਾਉਂਦੇ ਵੀ ਨੇ ਬੱਚਿਆਂ ਨੂੰ ਵਿਆਹ ਸ਼ਾਦੀ ਵਿੱਚ ਦਸਤਾਰਾ ਸਜਾ ਕੇ ਜਾਂਦੇ ਨੇ ਘਰੇ ਆ ਕੇ ਵੀ ਜਾਂ ਉੱਥੋਂ ਵੀ ਸਜਾ ਸਕਦੇ ਦਸਤਾਰਾ ਜੋ ਇੰਟਰਨ ਦੀ ਬਣਦੀ ਭੇਟਾ ਸਾਡੇ ਪੇਪਰ ਇੱਥੇ ਪਹੁੰਚੇ ਨੇ ਸੱਚੇ ਪਾਤਸ਼ਾਹ ਮਹਾਰਾਜ
महाराज जी ने ऊन ही रखी के मेरे सिंह शहीद होंगे मेरे पुत्र पीछे बैठे के नहीं कदे कदे विचार हुंदी है गुरमुख प्यारा ਜੇ ਪਿਛਲੇ ਬੰਨੇ ਬੈਠ ਜਾਂਦੇ ਆ ਜ਼ਿਆਦਾਤਰ ਬਾਪੂ ਦੇ ਸਾਹਮਣੇ ਬੈਠ ਕੇ ਸੱਚੇ ਪਾਤਸ਼ਾਹ ਮਹਾਰਾਜ ਤੋਂ ਕਾਪਣਾ ਰਹਿਣਾ ਚਾਹੀਦਾ ਮਹਾਰਾਜ ਜੀ ਨਾਲ ਗੱਲਾਂ ਕਰਨੀਆਂ ਚਾਹੀਦੀਆਂ ਗੱਲਾਂ ਕੀਤੀਆਂ ਕਦੀ ਕਿਤੇ ਧਿਆਨ ਧਰ ਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਲਿੰਗ ਜੋੜ ਕੇ ਮਹਾਰਾਜ ਜੀ ਨੇਤਰ ਬੰਦ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਨਾਲ ਗੱਲਾਂ ਕਰਕੇ ਦੇਖੋ ਸੱਚੇ ਪਾਤਸ਼ਾਹ ਮਹਾਰਾਜ ਜਵਾਬ ਦਿੰਦੇ ਨੇ ਜਦੋਂ ਦੂਸਰੇ ਦਿਨ ਤੁਸੀਂ ਜਾ ਕੇ ਨਿਤਨੇਮ ਕਰਦੇ ਹੋ ਨਾ ਅੰਮ੍ਰਿਤ ਵੇਲਾ ਸਾਂਭਦੇ ਹੋ ਜਾਂ ਸ਼ਾਮ ਨੂੰ ਸੁੰਦਰ ਕਰਦੇ ਹੋ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ ਉਦੋਂ ਦੇਖਿਓ ਤੁਹਾਡੀ ਲਿਵ ਤੁਹਾਨੂੰ ਉਹ ਬਾਤਾਂ ਕੀਤੀਆਂ ਹੋਈਆਂ ਗੱਲਾਂ ਕੀਤੀਆਂ ਹੋਈ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਹੁੰਗਾਰੇ ਭਰੇ ਹੋਏ ਤੁਹਾਨੂੰ ਯਾਦ ਆਉਂਗੇ ਸੱਚੇ ਪਾਤਸ਼ਾਹ ਮਹਾਰਾਜ ਮੇਰੇ ਇਹ ਕਹਿ ਰਹੇ ਨੇ ਉਧਰੋਂ ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਜੰਗ ਵਿੱਚ ਸਿੰਘਾਂ ਨੂੰ ਨਹੀਂ ਆਪਣੇ ਪੁੱਤਰਾਂ ਨੂੰ ਨਾਲ ਇੱਕ ਇੱਕ ਜਥੇ ਦੇ ਨਾਲ ਆਪਣੇ ਪੁੱਤਰ ਨੂੰ ਤੋਰੇ ਨਾਲ ਜਕਾਰੇ ਲਾ ਰਹੇ ਨੇ ਬੜੇ ਪਿਆਰ ਦੇ ਨਾਲ ਹਿਰਦੇ ਨੂੰ ਵਿਸ਼ਾਲ ਕਰਦੇ ਹੋਏ ਹਜ਼ੂਰ ਦੀ ਬਣਾਈ ਬਖਸ਼ੀ ਹੋਈ ਫਤਿਹ ਬੁਲੰਦ ਕਰੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਜਿਹੜਾ ਜੋਤਿਸ਼ ਲਵਾ ਕੇ ਪੁੱਛਣ ਲੱਗੇ ਨੇ ਕਿ ਪੰਡਿਤ ਜੀ ਹਿੱਸਾ ਵੇਖੋ ਸਾਡਾ ਭਵਿੱਖ ਵੇਖੋ ਘਾਟਾ ਨਹੀਂ ਬੜਾ ਕੁਛ ਹੈ ਪਰ ਸਾਂਭਣ ਵਾਲਾ ਕੋਈ ਨਹੀਂ ਹੈ ਇਧਰੋਂ ਪੰਡਿਤ ਸ਼ਿਵ ਦੱਤ ਕਹਿ ਰਿਹਾ ਕਿ ਰਾਜਾ ਸਾਹਿਬ ਅੱਗੇ ਮੈਂ ਜੋਤਿਸ਼ ਲਗਾਇਆ ਕਰਦਾ ਸੀ ਪਰ ਜਦੋਂ ਦਾ ਪੀਰੇ ਹਿੰਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ ਗੋਬਿੰਦ ਰਾਜ ਸਾਹਿਬ ਜੀ ਨੇ ਅਵਤਾਰ ਧਾਰ ਲਿਆ ਉਦੋਂ ਦਾ ਮੈਨੂੰ ਮਹਿਸੂਸ ਹੋ ਗਿਆ ਕਿ ਹੁਣ ਮੈਨੂੰ ਕੋਈ ਜੋਤਿਸ਼ ਲਗਾਉਣ ਦੀ ਲੋੜ ਨਹੀਂ ਹੈ ਹੁਣ ਤੁਹਾਨੂੰ ਮੇਰੇ ਕੋਲ ਆਉਣ ਦੀ ਲੋੜ ਨਹੀਂ ਹੈ ਉਹ ਇੰਨਾ ਮਹਾਨ ਹੈ ਉਹ ਸੁੱਕੀਆਂ ਵੇਲਾਂ ਨੂੰ ਵੀ ਫਲ ਲਾ ਦਿੰਦਾ ਸੁੱਕੀਆਂ ਵੇਲਾਂ ਨੂੰ ਜਿਹੜਾ ਫਲ ਲਾਉਂਦਾ ਪਟਨੇ ਸ਼ਹਿਰ ਅੰਦਰ ਆਪ ਆ ਗਿਆ ਇਹਨਾਂ ਨੂੰ ਕਹਿ ਰਿਹਾ ਪੰਡਿਤ ਸ਼ਿਵਦਾਸ ਭਾਈ ਦੋਨੋਂ ਨਾ ਜਾਓ ਗੋਬਿੰਦ ਰਾਏ ਦੇ ਕੋਲ ਜਾਓ ਉਹਨੂੰ ਯਾਦ ਕਰਿਆ ਕਰੋ ਉਹਦਾ ਨਾਮ ਧਿਆਇਆ ਕਰੋ ਉਹ ਜ਼ਰੂਰ ਤੁਹਾਨੂੰ ਦਰਸ਼ਨ ਦੇਵੇਗਾ ਇੱਕ ਦਿਨ ਪੰਡਿਤ ਸ਼ਿਵਦਾਸ ਅੱਖਾਂ ਮੀਟ ਕੇ ਬੈਠਾ ਆਪਣੇ ਗੰਗਾ ਦੇ ਕਿਨਾਰੇ ਦੇ ਉੱਤੇ ਇਹ ਮਨ ਵਿੱਚ ਸੋਚਦਾ ਹੈ ਕਿ ਇਹ ਕ੍ਰਿਸ਼ਨ ਜੀ ਦਾ ਉਪਾਸ਼ਕ ਹੈ ਇਹ ਕ੍ਰਿਸ਼ਨ ਜੀ ਨੂੰ ਯਾਦ ਕਰਦਾ ਹੈ ਇਹਦਾ ਮਨ ਸੋਚਦਾ ਹੈ ਕਿ ਗੋਬਿੰਦ ਰਾਏ ਸਾਹਿਬ ਬੜਾ ਮਹਾਨ ਕਹਿੰਦੇ ਆ ਇਲਾਕੇ ਸਾਰੇ ਪਤਾ ਲੱਗ ਗਿਆ ਕਿ ਸਾਹਿਬਜ਼ਾਦਾ ਬੜਾ ਮਹਾਨ ਹੈ ਮੈਂ ਤਾਂ ਮੰਨਾਂਗਾ ਜੇ ਮੈਨੂੰ ਕ੍ਰਿਸ਼ਨ ਦੇ ਰੂਪ ਦੇ ਵਿੱਚ ਆਣ ਕੇ ਦਰਸ਼ਨ ਦੇਵੇ ਸਤਿਗੁਰੂ ਜੀ ਇਹ ਪੰਡਿਤ ਚਮੜਾ ਲਾ ਕੇ ਬੈਠਾ ਹੋਇਆ ਤੇ ਇਧਰੋਂ ਹਾੜੀਆਂ ਨਾਲ ਖੇਡਦੇ ਹੋਏ ਨਿੱਕੀ ਜਿਹੀ ਫੌਜ ਦੇ ਕਪਤਾਨ ਗੋਬਿੰਦ ਰਾਏ ਸਾਹਿਬ ਜੀ ਪੰਡਿਤ ਨੂੰ ਆ ਕੇ ਆਣ ਕੇ ਪਿੱਛੇ ਅਜੇ ਤੱਕ ਮਿਲਿਆ ਨਹੀਂ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਜੀ ਇਹ ਸਰਦਾਰ ਗੁਰਿੰਦਰ ਸਿੰਘ ਜੀ ਰੰਧਾਵਾ ਸਾਹਿਬ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਜਿੱਥੇ ਨੂੰ 100 ਰੁਪਇਆ ਭੇਜਿਆ ਜਾ ਰਿਹਾ ਇਹਨਾਂ ਦੇ ਸਹੁਰੇ ਜਿਹੜੇ ਨੇ ਉਹ ਸਾਡੇ ਇਲਾਕੇ ਦੇ ਵਿੱਚ ਨੇ ਤੇ ਤਾਂ ਕਰਕੇ ਸਾਡੇ ਨਾਲ ਬੜਾ ਪਿਆਰ ਕਰਦੇ ਨੇ ਖਲਚੀਆਂ ਇਹਨਾਂ ਦੇ ਸਾਡੇ ਪਿੰਡ ਲਾਗੇ ਸਹੁਰੇ ਨੇ ਆਓ ਸਤਸੰਗ ਜੀ ਜਦੋਂ ਗੋਬਿੰਦ ਰਾਏ ਸਾਹਿਬ ਜੀ ਨੇ ਆਖਿਆ ਪੰਡਿਤ ਜੀ ਕੀ ਗੱਲ ਅਜੇ ਮਿਲਿਆ ਨਹੀਂ ਤੇ ਅੱਗੋਂ ਪੰਡਿਤ ਸ਼ਿਵ ਦੱਤ ਕਹਿੰਦਾ ਹਾਂ ਮੈਨੂੰ ਮਿਲ ਗਿਆ ਜਦੋਂ ਪੰਡਿਤ ਨੇ ਅੱਖਾਂ ਖੋਲੀਆਂ ਤੇ ਕ੍ਰਿਸ਼ਨ ਦੇ ਰੂਪ ਦੇ ਵਿੱਚ ਗੋਬਿੰਦ ਰਾਏ ਸਾਹਿਬ ਜੀ ਅੱਗੇ ਖੜੇ ਨੇ ਆਹ ਪੰਡਿਤ ਨੂੰ ਇਹ ਪੰਡਿਤ ਨੂੰ ਵਿਸ਼ਵਾਸ ਹੋ ਗਿਆ ਕਿ ਜਿਹੜਾ ਗੋਬਿੰਦ ਰਾਏ ਸਾਹਿਬ ਜਿਹੜਾ ਦੇ ਦਿਲਾਂ ਨੂੰ ਠੰਡ ਪਾ ਮੇਰਾ
ਸਾਡੇ ਪ੍ਰੋਗਰਾਮ ਤੋਂ ਤੁਸੀਂ ਖੁਸ਼ ਹੋ ਆਉਣ ਵਾਲੇ ਸਮੇਂ ਵਿੱਚ ਸਾਨੂੰ ਫੇਰ ਸੱਦ ਕੇ ਦਰਸ਼ਨ ਕਰਵਾਓ ਮੈਂ ਇਹ ਚਾਹੁੰ ਮਨ ਦੀ ਆਸ ਕਰਦਾ ਹਾਂ ਆਓ ਵਜ ਵਜ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚਿਆਂ ਨੂੰ ਸਨਮਾਨ ਕੀਤਾ ਜਾਣਾ ਜਿੱਥੇ ਤੋਂ ਵੀ ਮਾਫੀ ਮੰਗਦੇ ਆ ਨਾਲ ਪ੍ਰਬੰਧ ਕਰ ਦੋਗੇ ਕਿ ਨਾਲ ਸਾਨੂੰ ਥੋੜਾ ਜਿਹਾ ਰਜੇਵਾ ਥੋੜਾ ਲੇਟ ਕਰ ਦਲੇਰ ਸਿੰਘ ਸਵਰਗੀ ਦਲੇਰ ਸਿੰਘ ਕਨੇਡਾ ਤੋਂ ਉਹਨਾਂ ਦਾ ਉਹਨਾਂ ਦੇ ਬੱਚਿਆਂ ਵੱਲੋਂ 15,094 ਰੁਪਈਏ ਇਹ ਸਾਡੇ ਕੋਲ ਹਰਮੋਨੀਅਮ ਵਾਸਤੇ ਪਹੁੰਚੇ ਆ ਜੀ ਹਰਮੋਨੀਅਮ ਤਬਲੇ ਦੀ ਸੇਵਾ ਵਾਸਤੇ ਉਹਨਾਂ ਨੂੰ ਵੀ ਸਾਨੂੰ ਬੇਨਤੀ ਹੈ ਕੋਈ ਪ੍ਰਵਾਸ ਹੁੰਦਾ ਹੋਵੇ ਉਹ ਆਪਣਾ ਥਾਂ ਦਾ ਸਨਮਾਨ ਲੈ ਲੈਣ ਜੀ ਆਪਣੇ ਸੋ ਗੁਰਵਿੰਦਰ ਸਿੰਘ ਜੀ ਟੀਡਾ ਉਹਨਾਂ ਵੱਲੋਂ 1100 ਰੁਪਈਆ ਉਹ ਵੀ ਇੱਥੇ ਅੰਦਰ ਆ ਜਾਣ ਮੱਖਣ ਸਿੰਘ 200 ਰੁਪਈਆ ਆਓ ਹੁਣ ਮੇਰੇ ਕੋਲ ਰਿਜ਼ਲਟ ਪਹੁੰਚ ਚੁੱਕਾ ਬੱਚਿਆਂ ਦਾ ਬੋਲੇ ਸੋ ਨਿਹਾਲ ਸੋ ਸ੍ਰੀ
ਹਰ ਪੱਖੋਂ ਮਹਾਰਾਜ ਕਿਰਪਾ ਕਰੀ ਤੇ ਬੱਚਾ ਆਇਆ ਜੀ ਬਹੁਤ ਟਫ ਮੁਕਾਬਲਾ ਸੀ ਭਾਈ ਸਾਹਿਬ ਦੇ ਫਿਰ ਵੀ ਬੜੇ ਜਦੋਂ ਜਹਿਦ ਨਾਲ ਇਹਨਾਂ ਬੱਚਿਆਂ ਨੂੰ ਕੱਢਿਆ ਬੱਚੇ ਬੜੇ ਨਾਲ ਬੱਚੇ ਨੂੰ ਸਿਰਫੋਂ ਨਾਲ ਸਨਮਾਨ ਕੀਤਾ ਜਾ ਰਿਹਾ ਜੀ ਹਰਜੋਤ ਸਿੰਘ ਸਨ ਆਫ ਸਰ ਬੋਲੇ ਬੱਚੇ ਨੂੰ ਨਾਲ ਸਿਰਫੋਂ ਦੇ ਨਾਲ ਸਨਮਾਨ ਕੀਤਾ ਜਾ ਰਿਹਾ ਜੀ ਪੂਰਾ ਕਰ ਦਿਓ ਭਾਈ ਪੂਰਾ ਕਰ ਹਾਂਜੀ ਦੂਸਰਾ ਨੰਬਰ ਤੇ ਹੈ ਜੀ ਮਨਰੀਕ ਸਿੰਘ ਸਾਨੂੰ ਨਰਮੈਨ ਸਿੰਘ ਜੀ ਇਹ ਬੱਚਾ ਦੂਸਰੇ ਨੰਬਰ ਤੇ ਆਇਆ ਜੀ ਦਸਤਾਰ ਦੇ ਵਿੱਚ ਹੁਣ ਸਾਡੇ ਕੋਲ ਜਿਹੜਾ ਬੱਚਾ ਆਇਆ ਚੋ ਪਹਿਲੇ ਨੰਬਰ ਤੇ ਨਾਲ ਦਸਤਾਰ ਨੂੰ ਬਹੁਤ ਪਿਆਰ ਕਰਦਾ ਇਹ ਬੱਚਾ ਹੈ ਜੀ ਸਾਡੇ ਦਿਲਾਂ ਦੀ ਧੜਕਣ ਸਾਹਿਬਦੀਪ ਸਿੰਘ ਮੱਖਣ ਸਿੰਘ ਇਹ ਬੱਚੇ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਜੀ ਜੱਟ ਸਾਹਿਬ ਨੇ ਬੜਾ ਜ਼ੋਰ ਲਾਇਆ ਇਹਨਾਂ ਤੇ ਬਹੁਤ ਪਰਖਣ ਤੇ ਅੱਜ ਬੱਚੇ ਨੇ ਜਿੰਨੇ ਵੀ ਗੁਰਬਾਣੀ ਦੇ ਸ਼ਬਦ ਪੁੱਛੇ ਗਏ ਇਤਿਹਾਸ ਬਾਰੇ ਜੋ ਕੁਝ ਪੁੱਛਿਆ ਗਿਆ ਜੱਟ ਸਾਹਿਬ ਨੇ ਇਹਨਾਂ ਦੇ ਕੋਲੋਂ ਇਹ ਬੱਚੇ ਨੇ ਸੰਪੂਰਨ ਦਾ ਜਵਾਬ ਦਿੱਤੇ ਨੇ ਬੋਲੇ ਇਹ ਸਾਡੇ ਹੋਣਹਾਰ ਬੱਚੇ ਨੇ ਆਹ ਦਮਾਲੇ ਵਾਲੇ ਬੱਚੇ ਤਿੰਨ ਬੱਚੇ ਸਾਡੇ ਕੋਲ ਦਮਾਲੇ ਵਾਲੇ ਨੇ ਭਾਗਇੰਦਰ ਕੌਰ ਇਹ ਬੱਚੀ ਸਾਡੀ ਤੀਸਰੇ ਨੰਬਰ ਤੇ ਆਈ ਹੈ ਜੀ ਦਮਾਲੇ ਵਿੱਚੋਂ ਬੋਲੇ ਸੋਨਿਹਾਲ ਮਹਾਰਾਜ ਕਿਰਪਾ ਕਰਨ ਦੂਸਰੇ ਨੰਬਰ ਤੇ ਹੈ ਬੱਚਾ ਜੀ ਬਬਲੀਨ ਕੌਰ ਸਨ ਆਫ ਰਾਜ ਸਿੰਘ ਬਬਲੀਨ ਕੌਰ ਮੈਂ ਪਿਛਲੇ ਪੜਾਅ ਤੇ ਵੀ ਬੇਨਤੀ ਕਰਕੇ ਆਇਆ ਸੀ ਬੱਚਿਆਂ ਨੂੰ ਆਈਏ ਬੱਚੇ ਦੀ ਜੀ ਤਰਨਪ੍ਰੀਤ ਸਿੰਘ ਸਨ ਆਫ ਕੁਲਦੀਪ ਸਿੰਘ ਵਾਹ ਜੀ ਵਾਹ ਇਹ ਬੱਚਾ ਵੀ ਬੜਾ ਉਤਸ਼ਾਹ ਬੱਚੇ ਨੇ ਦਿਖਾਇਆ ਜੀ ਸਤਿਗੁਰ ਕਿਰਪਾ ਕਰਨੇ ਨਾਲ ਬੱਚਿਆਂ ਤੋਂ ਵੱਡੀਆਂ ਸੇਵਾਵਾਂ ਲੈਣ ਮਹਾਰਾਜ ਬੋਲੇ ਸਾਨੂੰ ਤੁਹਾਡੇ ਸੰਤਾਂ ਤੋਂ ਬਹੁਤ ਮਾਣ ਹੈ ਬੜਾ ਵੱਡਾ ਮਾਣ ਹੈ ਲੈ ਆਉਣਾ ਸਮੇਂ ਦੇ ਨਾਲ ਬੱਚਿਆਂ ਦੀ ਪੜ੍ਹਾਈ ਵੀ ਨਾ ਖਰਾਬ ਹੋਵੇ ਉਸਦੇ ਨਾਲ ਨਾਲ ਅਸੀਂ ਬੱਚਿਆਂ ਨੂੰ ਕੀਰਤਨ ਦੀ ਰਸਤਾ ਉੱਥੇ ਸਿਖਾਉਣੀ ਹੈ ਕੀਰਤਨ ਤਬਲਾ ਵਾਸਤੇ ਬੱਚਿਆਂ ਨੂੰ ਦਸਤਾਰਾਂ ਵਾਸਤੇ ਵੱਡੀਆਂ ਵੱਡੀਆਂ ਮਾਇਆ ਪਿੰਡ ਵੱਲੋਂ ਪਹੁੰਚ ਰਹੀਆਂ ਨੇ ਸਾਡੇ ਕੋਲ ਤੁਹਾਡਾ ਇੱਕ ਇੱਕ ਪੈਸਾ ਜਾਇਆ ਨਹੀਂ ਜਾਂਦਾ ਪਿਆਰਿਓ ਪੂਰੀ ਲਿਖਤ ਹੋਏਗੀ ਪੂਰੇ ਨਗਰ ਨੂੰ ਨਾਲ ਸਹਿਯੋਗ ਨਾਲ ਲਿਸਟ ਲੱਗੇਗੀ ਮਿਲੋ ਇਹਨਾਂ ਨੂੰ ਮਿਲ ਕੇ ਕੰਟੈਕਟ ਨੰਬਰ ਸਾਡੇ ਕੋਲ ਲੈ ਸਕਦੇ ਹੋ ਤੁਸੀਂ ਭਾਈ ਸਾਹਿਬ ਜੀ ਦਾ ਆਓ ਭਾਈ ਸਾਹਿਬ ਜੀ ਦਾ ਧੰਨਵਾਦ ਆਪਾਂ ਸਨਮਾਨ ਕਰਨਾ ਸਾਰੇ ਸੰਤਾਂ ਦੇ ਰਲ ਕੇ ਸਾਰੇ ਗੁਰਮੁਖ ਕਹਿ ਰਹੇ ਨੇ ਬੋਲੇ ਸਾਡੀ ਅੱਧੀ ਆਵਾਜ਼ ਤੇ ਭਾਈ ਸਾਹਿਬ ਆਏ ਸੱਚੇ ਪਾਤਸ਼ਾਹ ਮਹਾਰਾਜ ਇਹਨਾਂ ਦਾ ਆਉਣਾ ਸਫਲਾ ਕਰਨ ਮਹਾਰਾਜ ਕਿਰਪਾ ਕਰਨ ਇਹਨਾਂ ਦੀ ਸੇਵਾ ਸਤਿਗੁਰ ਥਾਏ ਪਾਉਣ ਇਹਨਾਂ ਕੋਲ ਵੱਡੀਆਂ ਸੇਵਾਵਾਂ ਮੇਰੇ ਸਾਹਿਬ ਲੈਣ ਸੱਚੇ ਪਾਤਸ਼ਾਹ ਮੈਂ ਬੇਨਤੀ ਕਰਾਂ ਜਿਹੜੇ ਬੱਚੇ ਆ ਸਾਰੇ ਬੱਚੇ ਇੱਕ ਵਾਰੀ ਧਿਆਨ ਦੇ ਮੂਵੀ ਬਣਾਓ ਜਿੰਨੇ ਬੱਚੇ ਆ ਬੋਲੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕੀ ਫਤਿਹ ਆਹ ਰਾਣ ਲੈਣੀ ਪੰਡਤ ਸ਼ਿਵ ਚੰਦ ਦੇ ਕਹਿਣ ਦੇ ਉੱਤੇ ਯਾਦ ਕਰਿਆ ਕਰਦੀ ਹੈ ਚੌਕੜਾ ਲਾ ਕੇ ਬੈਠ ਜਾ ਪ੍ਰੀਤਮਾ ਮਾ ਆਖ ਕੇ ਕਲੇ ਦੇ ਰੰਗ ਪਾ
ਪਿੱਛੇ ਡੱਕ ਕੇ ਰਾਣੀ ਮੈਣੀ ਦੇ ਘਰ ਜਾ ਕੇ ਰਾਣੀ ਮੈਣੀ ਚੌਕੜਾ ਲਾ ਕੇ ਅੱਖਾਂ ਮੀਟ ਕੇ ਕਹਿੰਦੇ ਨੇ ਮਾਂ ਮੈਂ ਆ ਗਿਆ। ਅੱਗੋਂ ਜਦੋਂ ਇਹ ਗੱਲ ਸੁਣੀ ਜੀ ਗਦਗਦ ਹੋ ਗਈ ਵੀ ਅੱਜ ਮੇਰਾ ਜਿਹੜੀ ਸ਼ਰਧਾ ਹੈ ਅੱਜ ਮੇਰੀ ਅਰਦਾਸ ਪੂਰੀ ਹੋ ਗਈ ਹੈ। ਰਾਣੀ ਸਿੰਧ ਜੀ ਛਾਤੀ ਨਾਲ ਘੁੱਟ ਕੇ ਲਾ ਕੇ ਫਿਰ ਪਿਛਾਹ ਕਰਕੇ ਫਿਰ ਦਰਸ਼ਨ ਕਰ ਤੁਹਾਡੀ ਤੇ ਮਿਟ ਗਈ ਪਰ ਸਾਨੂੰ ਭੁੱਖ ਲੱਗੀ ਹੋਈ ਹੈ ਫਿਰ ਸਾਨੂੰ ਕੁਝ ਛਕਾਓ। ਅੱਗੋਂ ਰਾਣੀ ਮੈਣੀ ਨੇ ਆਖਿਆ ਆਪਣੀ ਗੋਲੀਆਂ ਨੂੰ ਜਾਓ ਬਾਜ਼ਾਰ ਦੇ ਵਿੱਚੋਂ ਕੋਈ ਮੇਰੇ ਲਾਲ ਵਾਸਤੇ ਕੋਈ ਵਧੀਆ ਚੀਜ਼ ਲੈ ਕੇ ਆਓ ਇਹਨਾਂ ਨੂੰ ਛਕਾਈਏ। ਅੱਗੋਂ ਹਜ਼ੂਰ ਗੋਬਿੰਦ ਰਾਏ ਨੇ ਆਖਿਆ ਨਹੀਂ ਮਾਂ ਬਾਜ਼ਾਰ ਦੀਆਂ ਚੀਜ਼ਾਂ ਨਹੀਂ ਬੱਚਿਆਂ ਨੂੰ ਮਾਵਾਂ ਦੇ ਹੱਥ ਦਾ ਪੱਕਾ ਹੋਇਆ ਭੋਜਨ ਜਿਹੜਾ ਪੱਕਾ ਹੋਇਆ ਪਕਵਾਨ ਉਹ ਬੜਾ ਸਵਾਦ ਲੱਗਦਾ ਕੋਈ ਆਪਣੇ ਹੱਥ ਦਾ ਪਕਾਇਆ ਹੋਇਆ ਭੋਜਨ ਛਕਾਓ। ਰਾਣੀ ਹੋਰ ਖੁਸ਼ ਹੋਈ ਹੈ ਵੀ ਇਹਨੇ ਮੇਰੇ ਅੰਦਰ ਦੀ ਜਾਣ ਲਈ ਹੈ। ਅੰਦਰ ਰਾਣੀ ਨੇ ਰਸੋਈ ਦੇ ਵਿੱਚ ਚਣਿਆਂ ਦਾ ਪ੍ਰਸ਼ਾਦ ਘੁੰਮਣੀਆਂ ਦਾ ਪ੍ਰਸ਼ਾਦ ਬਣਾ ਕੇ ਢੱਕਿਆ ਹੋਇਆ ਸੀ ਤੇ ਰਾਣੀ ਨੇ ਆਖਿਆ ਅੱਖ ਲਾਲ ਜੀ ਸਾਰੀਆਂ ਸੰਗਤਾਂ ਨੂੰ ਪ੍ਰਸ਼ਾਦ ਉਹ ਚਣਿਆਂ ਦਾ ਛਕਾਇਆ ਆਪਣੇ ਹਾਣੀਆਂ ਨੂੰ ਛਕਾਇਆ ਨਾਲੇ ਆਪ ਛਕਿਆ। ਅੱਜ ਵੀ ਤੁਸੀਂ ਪਟਨਾ ਸਾਹਿਬ ਜਾਓ ਉੱਥੇ ਮੈਣੀ ਸੰਗਤ ਜਿਹੜੀ ਹੈ ਉਹ ਅੱਜ ਵੀ ਉਹ ਘੁੰਮਣੀਆਂ ਦਾ ਪ੍ਰਸ਼ਾਦ ਚਣਿਆਂ ਦਾ ਪ੍ਰਸ਼ਾਦ ਅੱਜ ਵੀ ਵਰਤਾਇਆ ਕਰਦੀ ਹੈ। ਆਓ ਜੀ ਇੰਨੀ ਹਾਜ਼ਰੀ ਪ੍ਰਵਾਨ ਕਰੋ। ਅਗਲਾ ਪ੍ਰੋਗਰਾਮ ਸੈਕਟਰੀ ਸਾਹਿਬ ਬੜੇ ਸਿਆਣੇ ਨੇ ਬੜੇ ਚੜ੍ਹਦੀ ਕਲਾ ਦੇ ਨੇ ਉਹ ਅਗਲਾ ਪ੍ਰੋਗਰਾਮ ਆਪਣੀ ਰਸਨਾ ਤੋਂ ਆਪ ਦੱਸਣਗੇ। ਬੜੇ ਤੁਸੀਂ ਸੂਝਵਾਨ ਸਰੋਤੇ ਹੋ ਬੜਾ ਮਨ ਖੁਸ਼ ਹੋਇਆ ਤੁਹਾਨੂੰ ਵੇਖ ਕੇ ਤੁਹਾਡੇ ਦਰਸ਼ਨ ਕਰਕੇ ਬੜੇ ਟਕਾਲ ਵੀ ਸੁਣਦੇ ਹੋ ਮਹਾਰਾਜ ਤੁਹਾਡੀ ਚੜ੍ਹਦੀ ਕਲਾ ਕਰੇ। ਸੰਗਤਾਂ ਨੇ ਬਹੁਤ ਸਾਰਾ ਮਾਣ ਸਨਮਾਨ ਭੇਜੇ ਆ ਅਸੀਂ ਤਹਿ ਦਿਲ ਤੋਂ ਕਦਰਦਾਨੀ ਦੇ ਤੁਹਾਡੇ ਧੰਨਵਾਦ ਕਰਦੇ ਹਾਂ। ਸਾਡਾ ਵੀਰ ਆ ਛੋਟਾ ਵੀਰ ਜਿਹੜਾ ਸਾਨੂੰ ਇੱਥੇ ਹੀ ਮਿਲਿਆ ਅਮਰਤਵੀਰ ਸਿੰਘ ਇਹ ਨਾਲ ਵੀਡੀਓ ਦੀ ਸੇਵਾ ਕਰ ਰਿਹਾ ਮਹਾਰਾਜ ਚੜ੍ਹਦੀ ਕਲਾ ਕਰੇ। ਸੇਠੀ ਸਟੂਡੀਓ ਮੋਠਾ ਵਾਲੀ ਵਾਲੇ ਉਹ ਇਸ ਪ੍ਰੋਗਰਾਮ ਨੂੰ ਕਵਰਿੰਗ ਕਰ ਰਹੇ ਨੇ ਤੇ ਉਹਨਾਂ ਦਾ ਵੀ ਧੰਨਵਾਦ ਹੈ ਚੜ੍ਹਦੀ ਕਲਾ ਕਰੇ। ਪੰਜ ਪਿਆਰੇ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਸਲਮ ਸਵਾਤ ਸੰਗਤਾਂ ਦਾ ਭੁਲਕਦੀ ਕਿਰਪਾ ਕਰਨੀ ਬਹੁਤਾ ਬੋਲੀ ਅਤੇ ਕਮਲੇ ਛਡਾਈ ਕਹਿੰਦੇ ਬੋਲੀ ਅਤੇ ਘੱਟ ਕਹਿੰਦੇ ਜਮਾ ਹੀ ਬਿਮਾਰ ਹੈ ਪਾਈਏ ਦੇ ਚਿੱਟੇ ਕੱਪੜੇ ਕਈ ਕਹਿੰਦੇ ਲਿਆਉਂਦੇ ਕਿੱਥੋਂ ਪਾਈਏ ਜੇ ਮੈਲੇ ਦਿੰਦੇ ਦੂਰੋਂ ਦਰਕਾਰ ਹੈ ਇੱਥੇ ਉੱਥੇ ਵਾਹਿਗੁਰੂ ਹੀ ਪੰਤ ਰੱਖੇ ਵੀਰ ਬੱਲਾ ਕਿਸੇ ਪਾਸੇ ਵੀ ਨਹੀਂ ਜਾਂਦਾ ਜਿੱਤਿਆ ਸੰਸਾਰ ਹੈ। ਬੁਲਾਓ ਫਤਿਹ ਜੀ ਸਾਊਂਡ ਵਧੀਆ ਹੈ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹਨਾਂ ਪਰਿਵਾਰ ਦਾ ਇੱਥੇ ਮੈਂਬਰ ਉਹਨਾਂ ਦੇ ਮਿਸਟਰ ਜਾਏ ਉਹਨਾਂ ਨੂੰ ਬੇਨਤੀ ਹੈ ਕਿ ਉਹ ਸਨਮਾਨ ਲੈ ਲੈਣ। ਭੈਣ ਜੀ ਕੁਲਵਿੰਦਰ ਕੌਰ ਭਾਈ ਸਾਹਿਬ ਭਾਈ ਭਾਈ ਸਿੰਘ ਜੀ ਪੰਜ ਪਿਆਰੇ ਜੋ ਸੇਵਾ ਨਿਭਾ ਰਹੇ ਉਹਨਾਂ ਦੇ ਮਿਸਟਰ ਜੀ ਭੈਣ ਜੀ ਕੁਲਵਿੰਦਰ ਕੌਰ ਭੈਣ ਜੀ ਆ ਜਾਓ ਬੋਲੇ ਸੋ ਨਿਹਾਓ ਬੋਲੇ ਸੋ ਨਿਹਾਓ। ਭਾਵੇਂ ਅਸੀਂ ਭਾਈ ਸਾਹਿਬ ਨੂੰ ਸਨਮਾਨ ਕਰਤਾ ਪਰ ਲੇਕਿਨ ਭੈਣ ਜੀ ਸਾਹਿਬ ਦੀ ਸੇਵਾ ਬਹੁਤ ਵੱਡੀ ਹੈ। ਪਤਾ ਨੀ ਆਵਾਜ਼ ਮਾਰ ਕੇ ਸਾਨੂੰ ਪੁੱਛਦੇ ਨੇ ਕਿ ਦੁੱਧ ਚਾਹੀਦਾ ਹੈ 20 ਕਿਲੋ 30 ਕਿਲੋ ਗੁਰਦੁਆਰਾ ਸਾਹਿਬ ਪਹੁੰਚ ਜਾਂਦਾ ਲੰਗਰ ਵਾਸਤੇ ਵੱਡੀਆਂ ਉਹਨਾਂ ਨੂੰ ਨਾਲ ਨਾਲ ਤਾਰ ਜੇ
ਜਿਨ੍ਹਾਂ ਨੇ
ਜ਼ੁਲਮ ਦੇ ਟਾਕੇ ਵਾਸਤੇ ਆਪਣਾ ਸਾਰਾ ਪਰਿਵਾਰ ਸਾਰਾ ਸਰਵਣ ਸਵਾਰ ਦਿੱਤਾ ਆਪਣੇ ਤਨਮ ਤੇ ਉਹਨਾਂ ਨੇ ਕਸ਼ਟ ਕਢਾਇਆ ਸੀਨ ਕੀਤੀ ਹਾਏ ਜਦੋਂ ਆਏ ਕਸ਼ਮੀਰ ਤੋਂ ਚੱਲ ਪੰਡਿਤ ਤੁਸੀਂ ਪਿਤਾ ਜੀ ਪਿਤਾ ਦਾਦਾ ਦਿੱਤਾ ਇਹ ਉਸ ਟਾਈਮ ਦੀ ਗੱਲ ਹੈ ਗੁਰਪ੍ਰੀਤ ਸਤਸੰਗ ਜੀ ਜਦੋਂ ਸੂਬਾ ਸਰਹੰਦ ਨੇ ਉਹਨਾਂ ਤੇ ਪ੍ਰੈਸ਼ਰ ਪਾਇਆ ਉਹਨਾਂ ਤੇ ਜ਼ੁਲਮ ਕੀਤੇ ਉਹ ਭੱਜ ਕੇ ਆ ਕੇ ਗੁਰੂ ਦੀ ਹਜ਼ੂਰੀ ਵਿੱਚ ਆਏ ਕਿ ਮਹਾਰਾਜ ਸਾਡੀ ਜਾਨ ਬਚਾਓ ਸਾਡੇ ਧਰਮ ਨੂੰ ਬਚਾਓ ਕਿਉਂਕਿ ਸਾਨੂੰ ਬਹੁਤ ਹੈ ਜਦੋਂ ਆਏ ਕਸ਼ਮੀਰ ਤੋਂ ਚੱਲ ਪੰਡਿਤ ਤੁਸੀਂ ਪਿਤਾ ਜੀ ਪਿਤਾ ਦਾਦਾ ਦਿੱਤਾ ਜਦੋਂ ਆਏ ਕਸ਼ਮੀਰ ਤੋਂ ਚੱਲ ਪੰਡਿਤ ਹੈ ਤੁਸੀਂ ਪਿਤਾ ਜੀ ਪਿਤਾ ਦਾਦਾ ਦਿੱਤਾ ਪਿਤਾ ਦਿੱਤਾ ਤੇ ਸਰਵੰਸ ਵਿਗਾੜ ਦਿੱਤਾ ਪਿਤਾ ਦਿੱਤਾ ਤੇ ਸਾਰਾ ਪਰਿਵਾਰ ਦਿੱਤਾ ਪਰ ਇੱਥੋਂ ਕਸ਼ਮੀਰ ਨਹੀਂ ਜਾਣ ਦਿੱਤਾ ਪਿਤਾ ਦਿੱਤਾ ਤੇ ਦਿੱਤਾ ਪਰਿਵਾਰ ਸਾਰਾ ਪਰ ਇੱਥੋਂ ਕਸ਼ਮੀਰ ਨਹੀਂ ਜਾ ਪੂਰਾ ਨਹੀਂ ਘਬਰਾਇਆ ਹਿੰਦ ਦੀ ਚਿੱਠੀ ਚਾਦਰ ਨੂੰ ਤੂੰ ਦਾਦਰ ਤਾਂ ਨਹੀਂ ਲਾਇਆ ਹਿੰਦ ਦੀ ਚਿੱਠੀ ਚਾਦਰ ਨੂੰ ਤੂੰ ਦਾਦਰ ਤਾਂ ਨਹੀਂ ਲਾਇਆ ਤੇਰਾ ਇੱਕ ਇੱਕ ਸਿੰਘ ਮੋਰੇ ਲੱਤਾਂ ਦੇ ਤੇਰਾ ਇੱਕ ਇੱਕ ਸਿੰਘ ਮੋਰੇ ਲੱਤਾਂ ਦੇ ਤੱਕੜੀ ਚਿਰਿਆ ਖੁੱਲਦਾ ਬਾਜਾ ਵਾਲਿਆ ਕਹਾਣੀ ਤੇਰੀ ਸੁਣ ਕੇ ਹੁਣ ਅੱਖੀਆਂ ਚੋਂ ਨਹੀਂ ਡੁੱਲਦਾ ਸਰਪੋਰਾ ਨਹੀਂ ਚਕਾਏ ਬੂਟਾ ਸੁੱਖੀ ਵਾਲਾ ਖੂਨ ਨਾਲ ਸਿੰਜਿਆ ਬੂਟਾ ਸਿੱਖੀ ਵਾਲਾ ਖੂਨ ਨਾਲ ਸਿੰਜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਾਈ ਸਾਹਿਬ ਤੋਂ ਮਾਫ਼ੀ ਮੰਗਦਾ ਕਿਉਂਕਿ ਮੈਂ ਪਹਿਲਾਂ ਕੋਈ ਵੀ ਗੱਲ ਕਹਿਣ ਤੋਂ ਪਹਿਲਾਂ ਮਾਫ਼ੀ ਮੰਗਦਾ ਜਦੋਂ ਆਪਾਂ ਜੱਥੇ ਸੱਦੇ ਹੋਣ ਨਾ ਪਿੰਡ ਦੇ ਵਿੱਚ ਉਦੋਂ ਆਪਣਾ ਸਮਾਂ ਸੰਕੋਚ ਰੱਖੀ ਦਾ ਮੈਂ ਪਿੱਛੋਂ ਸਮਾਂ ਬੜਾ ਖਿੱਚਦਾ ਆ ਰਿਹਾ ਸਾਰੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਮੈਨੂੰ ਕਹਿੰਦੇ ਸਾਨੂੰ ਇੱਕ ਪੰਜ ਪੰਜ ਮਿੰਟ ਸਮਾਂ ਮੈਂ ਕਿਹਾ ਨਹੀਂ ਕਿ ਉਹਨਾਂ ਕੋਲ ਲੈ ਸਕਦੇ ਹੋ ਟੀਕੇ ਘਰਾਂ ਅੰਦਰ ਪੜ੍ਹ ਕੇ ਲਿਖ ਕੇ ਵਾਪਸ ਕਰ ਸਕਦੇ ਹੋ ਉਹਨਾਂ ਨੂੰ ਸਹਿਜ ਪਾਠ ਦਾ ਭੋਗ ਪਾ ਕੇ ਮੈਂ ਵਧੀਆ ਗੱਲ ਆ ਟੀਕੇ ਲੋੜ ਹੈ ਤੇ ਘਰੇ ਪੱਕੇ ਲੈ ਲਓ ਨਾਲ ਦੀ ਨਾਲ ਆਪਾਂ ਇੱਕ ਮੇਰੀ ਹੋਰ ਸੰਗਤ ਬੇਨਤੀ ਆਖਰੀ ਪੜਾ ਮੈਂ ਬੇਨਤੀ ਕਰਦਾ ਹਾਂ ਸਾਰੀਆਂ ਪ੍ਰਬੰਧਕ ਕਮੇਟੀਆਂ ਨੂੰ ਮੇਰੀ ਬੇਨਤੀ ਹੁੰਦੀ ਆ ਹਰ ਵਾਰੀ ਮੇਰਾ ਕੋਈ ਆਪਣਾ ਬੋਲਬਾਲਾ ਨਹੀਂ ਅਕਾਲ ਤਖਤ ਸਾਹਿਬ ਦਾ ਬੋਲਬਾਲਾ ਕਿ ਆਪਾਂ ਗੁਰਦੁਆਰਿਆਂ ਦੇ ਅੰਦਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜੀ ਸਰਬੱਤ ਸੰਗਤ ਇਕਾਗਰਤਾ ਵਿੱਚ ਆਓ ਫਿਰ ਦਿਨ ਕਰੋ ਵਿਸ਼ਾਲ ਸੈਕਟਰੀ ਸਾਹਿਬ ਨੇ ਜੋ ਤੁਹਾਡੇ ਨਾਲ ਜੋ ਗੱਲਾਂ ਕੀਤੀਆਂ ਅਕਾਲ ਤਖਤ ਬਾਰੇ ਬਹੁਤ ਵਧੀਆ ਕੀਤੀਆਂ ਬਹੁਤ ਸੂਝਵਾਨ ਨੇ ਸੈਕਟਰੀ ਸਾਹਿਬ ਬਹੁਤ ਵਧੀਆ ਨੇ ਬਿਲਕੁਲ ਲਫ਼ਜ਼ ਨੇ ਸਾਰੀ ਸੰਗਤ ਨੇ ਮੈਂ ਸਾਰਿਆਂ ਨੂੰ ਸਿਫਤ ਕਰ ਦੇਵਾਂ ਮੋਠਾ ਵਾਲੀ ਦੀ ਸਾਰੀ ਸਾਹਿਬ ਆਖਾਂਗੇ ਹਜ਼ੂਰ ਦੇ ਉੱਥੇ ਕਿਉਂਕਿ ਸਥਾਨ ਹੈ ਨਾ ਇਸ ਕਰਕੇ ਪ੍ਰਕਾਸ਼ ਸਥਾਨ ਹੈ ਅਤੇ ਮਹਾਰਾਜ ਉੱਥੇ ਚੋਜ ਕਰਦੇ ਨੇ ਬੜੇ ਚੋਜ ਕਰਦੇ ਨੇ ਮਹਾਰਾਜ ਆਉਣ ਵਾਲੇ ਭਵਿੱਖ ਨੂੰ ਵੇਖ ਰਹੇ ਨੇ ਵੀ ਆਉਣ ਵਾਲਾ ਭਵਿੱਖ ਜਿਹੜਾ ਨਾ ਉਹ ਅੱਖਾਂ ਮੀਟ ਕੇ ਅਤੇ ਮਾਲਾ ਫੇਰ ਕੇ ਚਮੜਾ ਲਾ ਕੇ ਬਹਿਣ ਦਾ ਸਮਾਂ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਦਾਤਰੇ ਪਈ ਤਲਵਾਰ ਨੂੰ ਸੂਟ ਕੇ ਰੱਖਣ ਦਾ ਸਮਾਂ ਆਉਣਾ ਹੈ ਹਜ਼ੂਰ ਇੱਥੇ ਘੋੜ ਸਵਾਰੀ ਦੇ ਦੀਆਂ ਸਿਖਲਾਈਆਂ ਦਿੰਦੇ ਨੇ ਨੌਜਵਾਨਾਂ ਨੂੰ
تیر اندازی دے دیاں سکھلائیاں دندے نے پٹنے سہر دے ویچی چور کریا کر دے نے کی ہو یار ایک دن کڑیاں خود تو پانی لے کے آیا کر آ رہی ہیں سن پچھلے سمیاں دے خود سن آ ہونا چاہ ٹیوبویل نے ہونا چاہ کئی طرح دے پربند نے پچھلے سمیاں دے خود ہی بڑے گرتے گرتے ہویا کر دے سن اتے آس کہیں گا خود ہی اٹھے کڑیاں پانی پر کے لے کے آ رہی ہیں حضور اپنی تیر اندازی دے یور بکھا رہے نے دیکھ رہے نے کہ اسی کڑا بھی توڑنا ہے پر کسی دا نقصان بھی نہیں کرنا اے حضور اپنی اپنا ویکھ رہے نے کہ ساڈے پر گل اے وکھری وکھری اتہاسکاراں نے وکھرے وکھرے والے والے پیش کیتے ہوندے نے ساتھ سنگت جی کئی اتہاسکار کہندے نے کہ گھڑیاں دی گل نہیں کرنی چاہیے میں دوواں نہیں سڑ کے ماتا دے کول شکایت کردیاں نے ماں تیرا لال ساڈے گھڑے بھرندا ہے جدوں جے اونوں پتہ لگ گیا ہو سکدا ہے تہاڈے پروار دے اُتے او سختی کر دے تے ماں اپنے لال نوں ہٹا لے اگوں ماتا گجر کور جی انہاں نوں کی کہندے نے تے ماتا گجر کور نوں جویں کڑیاں کہندے نے ٹائم جڑا سیمت ہے آو سن بتیرا ماتا سمجھا لے لال نوں کڑے پن دا گوبند رائے تیرا آپ دے ہٹا لے لال نوں سڑا من دا نہ کوئی اتا ترلا بہانا جی من دا نہ کوئی سدا ترلا بہانا جی صبح شام ویکھدا سویرا آپ دے ہٹا لے لال رو گڑے پن دا گوبند رائے تیرا آپ دے ہٹا لے لال رو سمجھائیے سگوں کر دائے پہل ماں جنا سمجھائیے سگوں کر دائے محل ماں ہویا ایک لنگڑا اکھیرا آپ دے ہٹا لے لال نو بڑے پن دا گوبند رائے تیرا آپ دے جدو ماتا دے کول اے لڑکیاں آئیاں تے ماتا نے آکھیا لڑکیو ٹھیک ہے تہاڈا نقصان ہویا کیونکہ تہانوں دکھ ہویا پر آ لے جو گاگراں آ گاگراں لے جو پتل دیاں پر ہن ویکھاں گا کہ میرا لال ایدے وچ نشانہ مار سکدا ہے حضور ادھر ادھر تے پھر او وی گاگراں ویل دتیاں اکھو ستنام سری واہگرو ساتھ سنگ جی حضور نے پٹنے صاحب دے وچ بڑے چوج کیتے دو منٹ تہاڈے لینے نے ہن حضور
ਜਦੋਂ ਪਟਨੇ ਸ਼ਹਿਰ ਦੇ ਨਿਵਾਸੀਆਂ ਨੂੰ ਲੱਗਾ ਨਾ ਪਤਾ ਤੇ ਸਾਰੇ ਨਿਵਾਸੀ ਜਿਹੜੇ ਨੇ ਉਹ ਵਿਰਾਗ ਦੇ ਵਿੱਚ ਨੇ ਹਜ਼ੂਰ ਦੇ ਨਾਲ ਜਿਹੜੇ ਹਾਣੀ ਖੇਡਦੇ ਨੇ ਉਹ ਵੀ ਵਿਰਾਗ ਦੇ ਵਿੱਚ ਨੇ ਹਾਣੀ ਹਾਣੀਆਂ ਦਾ ਹੌਸਲਾ ਢਹਿੰਦਾ ਜਾਪਦਾ ਹੈ ਵੀ ਹੁਣ ਅਸੀਂ ਸਾਡਾ ਕਮਾਂਡਰ ਸਾਡਾ ਕਪਤਾਨ ਜੇ ਇੱਥੋਂ ਚਲੇ ਜਾਵੇਗਾ ਸਾਨੂੰ ਟ੍ਰੇਨਿੰਗ ਕੌਣ ਦੇਵੇਗਾ ਅਸੀਂ ਕਿਹਦੇ ਨਾਲ ਖੇਡਿਆ ਕਰਾਂਗੇ ਅੱਜ ਤੋਂ ਤੂੰ ਮੈਨੂੰ ਆਪਣਾ ਪੁੱਤਰ ਹੀ ਸਮਝ ਤੇ ਰਾਣੀ ਮੈਣੀ ਰੋਜ਼ ਦਰਸ਼ਨ ਕਰਿਆ ਕਰਦੀ ਸੀ ਜਦੋਂ ਉਹਨੂੰ ਪਤਾ ਲੱਗਾ ਕਿ ਹਜ਼ੂਰ ਇੱਥੋਂ ਪਟਨੇ ਸਾਹਿਬ ਤੋਂ ਜਾ ਰਹੇ ਨੇ ਤੇ ਰਾਣੀ ਮੈਣੀ ਦਾ ਹਾਲ ਸਾ ਸਮਝੇ ਵੇਖਣ ਵਾਲਾ ਸੀ ਰਾਣੀ ਨਾ ਵਿਆਕਲ ਹੋ ਰਹੀ ਸੀ ਰੋ ਰਹੀ ਸੀ ਆਪਣੀ ਸੁੱਧ ਬੁੱਧ ਹੋਸ਼ ਨੂੰ ਭੁਲਾ ਰਹੀ ਸੀ ਰਾਣੀ ਕਹਿੰਦੀ ਸੀ ਕਿ ਮੈਂ ਤੇ ਇਹਨੂੰ ਆਪਣਾ ਪੁੱਤਰ ਬਣਾਇਆ ਸੀ ਜੇ ਇਹ ਇੱਥੋਂ ਚਲ ਗਿਆ ਮੈਂ ਕਿਹਦੇ ਦਰਸ਼ਨ ਕਰਾਂਗੀ ਮੈਨੂੰ ਮਾਂ ਕੌਣ ਆਖੇਗਾ ਮੇਰਾ ਹਿਰਦਾ ਠੰਡਾ ਨਹੀਂ ਹੋਣਾ ਰਾਣੀ ਤੜਪ ਰਹੀ ਸੀ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਤੜਫਦੀ ਹੈ ਇਤਿਹਾਸ ਕਹਿੰਦਾ ਹੈ ਕਿ ਰਾਣੀ ਨੂੰ ਹੌਸਲਾ ਦੇਣ ਵਾਸਤੇ ਇਹ ਮਾਤਾ ਗੁਜਰ ਕੌਰ ਦੇ ਪਰਿਵਾਰ ਨੇ ਮਾਤਾ ਗੁਜਰ ਕੌਰ ਨੇ ਇਹਨੇ ਆਖਿਆ ਰਾਣੀ ਨੇ ਆਖਿਆ ਜੇ ਤੁਸੀਂ ਜਾਣਾ ਹੀ ਹੈ ਤੇ ਫਿਰ ਮੈਨੂੰ ਮੇਰੇ ਲਾਲ ਦੀ ਕੋਈ ਨਿਸ਼ਾਨੀ ਦੇ ਦਿਓ ਇਤਿਹਾਸ ਕਹਿੰਦਾ ਵੀ ਨਿੱਕੇ ਨਿੱਕੇ ਹਜ਼ੂਰ ਦੇ ਕੱਪੜੇ ਨੇ ਬਚਪਨ ਦੇ ਛੋਟੇ ਛੋਟੇ ਬਸਤਰ ਜਿਹੜੇ ਨੇ ਉਹ ਰਾਣੀ ਨੂੰ ਨਿਸ਼ਾਨੀ ਵਜੋਂ ਦਿੱਤੇ ਗਏ ਇੱਕ ਸ਼ੀਸ਼ਾ ਜੋ ਰਾਣੀ ਉਦੋਂ ਦੇਖਿਆ ਕਰਦੀ ਸੀ ਉਹ ਸ਼ੀਸ਼ਾ ਅੱਜ ਵੀ ਪਟਨੇ ਸਾਹਿਬ ਦੇ ਵਿੱਚ ਮੌਜੂਦ ਹੈ ਸੰਗਤਾਂ ਦਰਸ਼ਨ ਕਰਦੀਆਂ ਸਤਸੰਗ ਜੀ ਇੱਕ ਸ਼ੀਸ਼ਾ ਤੇ ਕੁਝ ਬਸਤਰ ਜਿਹੜੇ ਖਾਸ ਤੌਰ ਤੇ ਨੇ ਉਹ ਹਜ਼ੂਰ ਦੇ ਛੋਟੇ ਛੋਟੇ ਬਸਤਰ ਰਾਣੀ ਮੈਣੀ ਨੂੰ ਦਿੱਤੇ ਗਏ ਵੀ ਤੂੰ ਇਹਨਾਂ ਦੇ ਦਰਸ਼ਨ ਕਰ ਲਿਆ ਕਰੀ ਸਤਸੰਗ ਜੀ ਤੇ ਇਤਿਹਾਸ ਕਹਿੰਦਾ ਕਿ ਜ਼ਰੇ ਜ਼ਰੇ ਵਿੱਚ ਨਜ਼ਰ ਹੀ ਆਵਣ ਤੇਰੀਆਂ ਬੇਪਰਵਾਹੀਆਂ ਪਰ ਉਹ ਵੇਖੇ ਵੇਖਣ ਵਾਲੀਆਂ ਤੂੰ ਅੱਖੀਆਂ ਜਿਸ ਨੂੰ ਲਾਈਆਂ ਪਿਆਰ ਤੇਰੇ ਨੇ ਦਿਲ ਮੇਰੇ ਨੂੰ ਐਸਾ ਮੋਇਆ ਸਾਈਆਂ ਆਖਾਂ ਜੀਵਾਂ ਵਿਸਰੇ ਮਰ ਜਾਊਂ ਪਰ ਸਹਿ ਨਾ ਸਕਾਂ ਜੁਦਾਈਆਂ ਸਤਸੰਗ ਜੀ ਹਜ਼ੂਰ ਪਟਨੇ ਸਾਹਿਬ ਤੋਂ ਤੁਰ ਲੱਗੇ ਨੇ ਇਧਰੋਂ ਪਟਨਾ ਨਿਵਾਸੀਆਂ ਦਾ ਹਾਲ ਬੜਾ ਬੁਰਾ ਸੀ ਹਾਣੀ ਜਿਵੇਂ ਕਹਿ ਰਹੇ ਨੇ ਆਓ ਹਜ਼ੂਰ ਪਟਨੇ ਸਾਹਿਬ ਤੋਂ ਇਹਨਾਂ ਨੂੰ ਸੱਦਾ ਗੁਰੂ ਤੇਗ ਬਹਾਦਰ ਸਾਹਿਬ ਦੇ ਰਹੇ ਨੇ ਵੀ ਤੁਸੀਂ ਇੱਥੋਂ ਜਾਣਾ ਹਜ਼ੂਰ ਪਟਨੇ ਤੇਰੇ ਪਾਣੀ ਨੂੰ ਮਿਠਾ ਕੇ ਮੰਨਿਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਗੁਰੂ ਕਾ ਲੰਗਰ ਸੁੱਖ ਵਰਤਾਇਆ ਹੈ ਮੈਂ ਜੋ ਪ੍ਰਸ਼ਾਦ ਦੀ ਸੇਵਾ ਹੋ ਰਹੀ ਹੈ ਸਾਰੀਆਂ ਹੀ ਸੰਗਤਾਂ ਨੂੰ ਨਿਮਰਤਾ ਸਹਿਤ